ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਐਗਜ਼ਾਮ ਕੇਸਰੀ ਤੇ ਅੱਜ ਪੇਪਰ ਥੀਗਾ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਔਰ ਬਹੁਤ ਹੀ ਯਾਸ਼ਾਵਾਂ ਦੇ ਨਾਲ ਬਹੁਤ ਸਾਰੇ ਸਟੂਡੈਂਟ ਨੇ ਪੇਪਰ ਦਿੱਤਾ ਹੈ ਆਈ ਹੋਪ ਬਹੁਤ ਵਧੀਆ ਪੇਪਰ ਹੋਇਆ ਹੋਏਗਾ ਤੁਹਾਡੇ ਸਾਰਿਆਂ ਦਾ ਤੇ ਅੱਜ ਚੱਲਦੇ ਆਪਾਂ ਕਿ ਕਿਹੜੇ ਕਿਹੜੇ ਕੁਐਸਚਨਸ ਪੇਪਰ ਦੇ ਵਿੱਚ ਆਏ ਓਕੇ ਔਰ ਪੇਪਰ ਦੇ ਵਿੱਚ ਜੀ ਜਿਸ ਤਰ੍ਹਾਂ ਗਗਨ ਸਰ ਮੁਹਾਲੀ ਤੋਂ ਲਾਈਵ ਸੀਗੇ ਔਰ ਬੱਚਿਆਂ ਨੂੰ ਜਦੋਂ ਪੁੱਛਿਆ ਗਿਆ ਕਿ ਪੇਪਰ ਹੋਇਆ ਕਿ ਇਸ ਤਰ੍ਹਾਂ ਉਹਨਾਂ ਦਾ ਇਹ ਕਿ ਸਟੇਟਮੈਂਟਸ ਥੋੜੀਆਂ ਜਿਹੀਆਂ ਲੰਬੀਆਂ ਸੀਗੀਆਂ ਪਰ ਚਲੋ ਜੀ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਸ ਪੇਪਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀਗੀ ਔਰ ਕਿਹੜੇ-ਕਿਹੜੇ ਕੁਐਸਚਨਸ ਜਿਹੜੇ ਆਏ ਨੇ ਔਰ ਸਾਇੰਸ ਪੋਰਸ਼ਨ ਦੀ ਗੱਲ ਕਰੀਏ ਤੇ ਸਾਇੰਸ ਦੇ ਵਿੱਚੋਂ ਕਿਹੜੀ ਚੀਜ਼ ਆਈ ਹੈ ਔਰ ਜੇ ਆਪਾਂ ਦੂਸਰੇ ਪੋਰਸ਼ਨ ਦੀ ਗੱਲ ਕਰੀਏ ਮੈਥ ਰੀਜ਼ਨਿੰਗ ਕਰੰਟ ਅਫੇਅਰਸ ਜਾਂ ਪੋਲੀਟੀ ਹਿਸਟਰੀ ਸਾਰੇ ਕੁਐਸਚਨਸ ਕਿਵੇਂ ਦੇ ਸੀਗੇ ਪੇਪਰ ਨੂੰ ਸਟਾਰਟ ਦੇ ਵਿੱਚ ਦੇਖੀਏ ਤਾਂ ਸਟਾਰਟ ਜਿਹੜਾ ਉਹ এনवायरमेंट ਤੋਂ ਸ਼ੁਰੂ ਹੁੰਦਾ ਹੈ ਇਹ ਜਿਹਦੇ ਵਿੱਚ emission of green warming, uh, uh, greenhouse gases ਤੋਂ ਇੱਕ ਕੁਐਸਚਨ ਪੁੱਛਿਆ ਗਿਆ ਯਾਨੀ ਕਿ ਗਲੋਬਲ ਵਾਰਮਿੰਗ ਅਗਰ ਕੁਐਸਚਨ ਦਾ ਇਸ ਕੁਐਸਚਨ ਦੇ ਅਗਰ ਦਾ ਲੈਵਲ ਦੀ ਗੱਲ ਕਰੀਏ ਲੈਵਲ ਇਸ ਕੁਐਸਚਨ ਦਾ ਅਗਰ ਤੁਸੀਂ এনवायरमेंटਲ ਦੀ ਥੋੜੀ ਬੋਤੀ ਵੀ ਚੀਜ਼ਾਂ ਪੜ੍ਹੀਆਂ ਨੇ ਤੁਸੀਂ ਗ੍ਰੀਨ ਹਾਊਸ ਇਫੈਕਟ ਕਲਾਈਮਟ ਚੇਂਜ ਔਰ ਇਹਦੇ ਬਾਅਦ emission of ਗੈਸਿਸ ਬਾਰੇ ਪਤਾ ਜਿਹੜੀਆਂ ਕਿ ਅਕਸਰ ਆਪਾਂ ਕਲਾਸ ਦੇ ਵਿੱਚ ਡਿਸਕਸ ਕਰਦੇ ਨੇ ਆ ਤੁਸੀਂ इजीली ਇਹਦਾ ਆਨਸਰ ਦੇ ਸਕਦੇ ਸੀਗੇ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਦੂਸਰਾ ਕੁਐਸਚਨ ਸੈਕਿੰਡ ਕੁਐਸਚਨ ਆ ਸੀਗਾ ਜੀ ਕ੍ਰੋਪ ਗਨੋਮ ਪਹਿਲੀ ਸਾਰਿਆਂ ਤੋਂ ਪਹਿਲਾਂ ਜਿਹੜੀ ਜਦੋਂ ਜਿਹੜੀ ਗ੍ਰੀਨ ਰੈਵੋਲੂਸ਼ਨ ਆਈ ਹੈ ਉਦੋਂ ਜਿਹੜਾ ਜਿਹੜੀ ਕਿਹੜੀ ਫਸਲ ਦਾ ਜਿਹੜਾ ਬੀਜ ਹੈ ਉਹਨੂੰ ਕਹਿ ਸਕਦੇ ਆ ਕਿ ਉਹਦੀ ਪਹਿਲੀ ਸੀਕੁਐਂਸਿੰਗ ਕੀਤੀ ਗਈ ਤੇ ਆਬਵੀਅਸਲੀ ਮੈਂ ਤੈਨੂੰ ਪੰਜਾਬ ਜੀਕੇ ਦੇ ਵਿੱਚ ਇਹ ਕੋਸ਼ਨ ਕਰਵਾ ਦੇ ਦਿੱਤਾ ਹੋਇਆ ਪੰਜਾਬ ਦੇ ਵਿੱਚ ਜਿਹੜੀ ਗ੍ਰੀਨ ਰੈਵੋਲੂਸ਼ਨ ਰੈਵੋਲੂਸ਼ਨ ਸਾਰਿਆਂ ਨੂੰ ਪਹਿਲਾਂ ਜਿਹੜੀ ਲਾਂਚ ਹੋਈ ਸੀ ਔਰ ਉੱਥੇ ਜਿਹੜਾ ਰਾਈਸ ਸੀਗਾ ਹੈਨਾ ਤੋ ਮੈਂ ਉਹ ਵੀ ਯਾਦ ਕਰਵਾਇਆ ਸੀਗਾ ਰਾਈਸ ਦਾ ਜਿਹੜਾ ਮਾਡਲ ਕਿੜਾ ਈ ਮੈਂ ਇਹ ਵੀ ਤੱਕ ਪੜਾਇਆ ਹੋਇਆ ਇਹ ਮੈਂ ਪੰਜਾਬ ਜੀਕੇ ਦੀ ਕਲਾਸ ਦੇ ਵਿੱਚ ਇਹ ਕੁਐਸਚਨ ਕਵਰ ਕਰਾਇਆ ਹੋਇਆ ਠੀਕ ਹੈ ਜਿਹਦੇ ਵਿੱਚ ਆਈ ਥਿੰਕ ਇਕਨੋਮੀ ਦੀ ਕ ਠੀਕ ਹੈ ਰਾਈਸ ਜਿਹਦਾ ਇੱਥੇ ਆਪਣਾ ਆਨਸਰ ਆ ਜਾਣਾ ਸੀ ਚਲੋ ईपीओवी ਰੈਫਰਸ ਟੂ ਵਿਚ ਵਨ ਆਫ ਦਾ ਫੋਲੋਇੰਗ ਠੀਕ ਹੈ ਤਾਂ ਆਹਾ ਆ ਗਿਆ ਇੰਟਰਨੈਸ਼ਨਲ ਯੂਨੀਅਨ ਨੂੰ ਲੈ ਕਰਕੇ ਇੰਟਰਨੈਸ਼ਨਲ ਜਿਹੜੀ ਮੀਟਿੰਗਸ ਹੋਈਆਂ ਨੈਚਰ ਸੰਬੰਧੀ ਜਿਹੜੀਆਂ ਹੋਈਆਂ ਉਹਨੂੰ ਲੈ ਕਰਕੇ ਜਿਹੜੀ ਹੈ ਇੱਕ ਸਿੰਪਲੀ ਫੁੱਲ ਫੋਰਮ ਪੁੱਛੀ ਗਈ ਆ ਠੀਕ ਹੈ ਜਿਹਦੇ ਵਿੱਚ ਇੱਕ ਸਿੰਪਲੀ ਆਪਣਾ ਫੁੱਲ ਫੋਰਮ ਸੀ ਇਸ ਪੇਪਰ ਦੇ ਐਨਾਲਾਈਸਿਸ ਦੇ ਨਾਲ ਆਪਾਂ ਨੂੰ ਇਹ ਚੀਜ਼ ਪਤਾ ਲੱਗ ਜੇਗੀ ਕਿ ਆਪਾਂ ਅੱਗੇ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਆਣਾ ਉਹਨੂੰ ਕਿਸ ਹਿਸਾਬ ਨਾਲ ਤੁਸੀਂ ਤਿਆਰੀ ਉਹਦੀ ਕਰਨੀ ਹੈ ਚਲੋ ਜੀ ਇਹਦਾ ਜਿਹੜਾ ਸਾਰੇ ਜਿਹੜੇ ਆਨਸਰਸ ਆ ਉਹਦੇ ਨਾਲ ਇੱਕ ਵੱਖਰਾ ਸੈਸ਼ਨ ਵਿਦ ਆਨਸਰ ਜਿਹੜੇ ਆ ਸਾਰੀਆਂ ਚੀਜ਼ਾਂ ਤੁਹਾਨੂੰ ਦੇਣਗੇ ਸਾਰੇ ਟੀਚਰਸ ਆਪਣੇ ਆਪਣੇ ਸਬਜੈਕਟ ਦੇ ਰਿਗਾਰਡਿੰਗ ਜਿਹੜੇ ਇਹ ਸਾਰੇ ਆਨਸਰ ਤੁਹਾਨੂੰ ਦੱਸਣਗੇ ਚਲੋ ਜੀ ਹੁਣ ਆਪਾਂ ਆਨੇ ਆ ਜੀ ਆਹ ਕੁਐਸਚਨ ਅਗਰ ਕਿਸੇ ਨੇ ਸਾਇੰਸ ਤੇ ਮੇਰੇ ਜਿਹਾ ਲੈਕਚਰ ਲਗਾਏ ਨੇ ਤੇ ਜਦੋਂ ਆਪਾਂ ਸਾਇੰਸ ਪੜ੍ਹਦੇ ਆਂ ਤਾਂ ਜਦੋਂ ਆਪਾਂ ਡਾਈਜੈਸਟਿਵ ਸਿਸਟਮ ਵਿੱਚ ਸ਼ੁਰੂ ਕਰਦੇ ਆਂ ਉਦੋਂ ਹੀ ਮੈਂ ਤੁਹਾਨੂੰ ਦੱਸਦਾ ਸੀਗਾ ਡਾਈਜੈਸਟਿਵ ਸਿਸਟਮ ਆਪਣਾ ਮਾਊਥ ਤੋਂ ਹੀ ਸ਼ੁਰੂ ਹੋ ਜਾਂਦਾ ਆਹ ਕੁਐਸਚਨ ਉੱਥੋਂ ਹੀ ਆ ਗਿਆ ਠੀਕ ਹੈ ਸੋਰੀ ਪਹਿਲਾ ਕੁਐਸਚਨ ਜਿਹੜਾ ਡਾਈਜੈਸਟਿਵ ਸਿਸਟਮ ਤੋਂ ਕੁਐਸਚਨ ਹੈ ਜਿਹਦੇ ਵਿੱਚ ਐਂਜ਼ਾਈਮ ਪਹਿਲੇ ਜਿਹੜੇ ਫੂਡ ਦੇ ਵਿੱਚ ਮਿਕਸ ਹੁੰਦੇ ਨੇ ਉਹਦਾ ਨਾਮ ਪੁੱਛਿਆ ਗਿਆ ਹੈ ਠੀਕ ਹੈ ਉਹਦੇ ਉੱਪਰ ਜਿਹੜਾ ਕੁਐਸਚਨ ਸੀਗਾ ਆਹ ਕੁਐਸਚਨ ਬਹੁਤ ਹੀ ਸੋਖਾ ਕੁਐਸਚਨ ਸੀਗਾ ਕਿ ਫੂਡ ਦੀ એનર્ਜੀ ਕਿੱਥੋਂ ਮਿਲਦੀ ਹੈ ਆਬਵੀਅਸਲੀ ਇਹ ਕੁਐਸਚਨ ਸਾਰਿਆਂ ਨੇ ਕੀਤਾ ਹੋਏਗਾ ਯੈਸ ਸੋਫੀਆ ਕੰਪੋਜ਼ਿਟ ਸੇਇੰਗ ਪੇਪਰ ਇਜ਼ੀ ਸੀ ਹਾਂ ਮੈਂ ਕੁਐਸਚਨ ਦੇਖ ਕੇ ਹੀ ਲੱਗ ਰਿਹਾ ਕਿ ਪੇਪਰ ਬਹੁਤ ਇਜ਼ੀ ਸੀ એનર્ਜੀ ਫੂਡ એનર્ਜੀ ਕਿੱਥੋਂ ਮਿਲਦੀ ਹੈ ਜੀ ਫੈਟ ਤੇ ਕਾਰਬੋਹਾਈਡਰੇਟਸ ਤੋਂ એનર્ਜੀ ਮਿਲਦੀ ਹੈ ਵਿਟਾਮਿਨਸ ਮਿਨਰਲ ਰਫੇਜ ਤੋਂ ਤਾਂ ਮਿਲਦੀ ਨਹੀਂ ਤੋ ਆਹ ਦੇਖੋ ਸਿੰਪਲ ਕੁਐਸਚਨ ਸੀਗੇ ਮਤਲਬ ਅਗਰ ਕਿਸੇ ਬੱਚੇ ਨੇ ਪ੍ਰੈਪਰੇਸ਼ਨ ਕੀਤੀ ਹੋਈ ਆ ਢੰਗ ਨਾਲ ਅਗਰ 2 ਮਹੀਨੇ ਵੀ ਪੜਿਆ ਹੋਇਆ ਉਹ ਇਸ ਪੇਪਰ ਨੂੰ ਕਰੈਕ ਕਰ ਸਕਦਾ ਸੀਗਾ ਠੀਕ ਹੈ ਕੁਐਸਚਨ ਸਾਰੇ ਇੱਕ ਵਾਰੀ ਦਿਖਾ ਰਹੇ ਆ ਫਿਰ ਉਹਦੇ ਬਾਅਦ ਆਪਾਂ ਕੁਐਸਚਨਸ ਨੂੰ ਜਿਹੜੇ ਸਾਰੇ ਸੋਲਵ ਕਰਨੇ ਸ਼ੁਰੂ ਕਰਾਂਗੇ ਪਹਿਲਾਂ ਇੱਕ ਵਾਰੀ ਆਪਾਂ ਓਵਰਵਿਊ ਲੈ ਲਈਏ ਪੇਪਰ 'ਚ ਕੀ ਆਇਆ ਯਾਨੀ ਆਪਾਂ ਦੇਖੀਏ ਇੱਥੇ ਡਾਈਜੈਸਟਰੀ ਸਿਸਟਮ ਸਾਇੰਸ ਤੋਂ ਕੁਐਸਚਨ ਆਇਆ ਹੋਇਆ ਸੁਪਰ ਕੰਪਿਊਟਰ ਤੋਂ ਕੁ ਫਲੋਪਸ ਇਹਦਾ ਤਾਂ ਮੈਨੂੰ ਯਾਦ ਆ ਗਿਆ ਕਿ ਸ਼ਵਾਨੀ ਮੈਡਮ ਨੇ ਜਿਹੜੀ ਫਲੋਪਸ ਦੀ ਸਪੀਡ ਦੀ ਜਿਹੜੀ ਸੁਪਰ ਕੰਪਿਊਟਰ ਦੀ ਸਪੀਡ ਹੈ ਫਲੋਪਸ ਦੇ ਵਿੱਚ ਜਿਹੜੀ ਮਾਪੀ ਜਾਂਦੀ ਹੈ ਇਹਦਾ ਈਵਨ ਸ਼ੋਰਟ ਤੱਕ ਬਣਾਇਆ ਹੋਇਆ ਤੁਸੀਂ ਦੇਖੋਗੇ ਇਹ ਚੈਨਲ ਤੇ ਸ਼ੋਰਟਸ ਤੇ ਤੋਂ ਆਹ ਜਿਹੜੀ ਫਲੋਪਸ ਬੋਲੀ ਹੈ ਜਿਹੜੀ ਆ ਇਹ ਈਵਨ ਸ਼ੋਰਟਸ ਵੀ ਬਣਾਇਆ ਹੋਇਆ ਮਿਪਸ ਤੇ ਵੀ ਇਹ ਜਿਹੜਾ ਸ਼ੋਰਟ ਬਣਾਇਆ ਹੋਇਆ ਤੋਂ ਪਰਮ 8000 ਆਹ ਸੁਪਰ ਕੰਪਿਊਟਰ ਆ ਕੁਸ਼ਨ ਵੀ ਜਿਹੜਾ ਕਰਵਾਏ ਹੋਏ ਨੇ ਮਤਲਬ ਆਪਾਂ ਦੇਖੀਏ ਕਿ ਜਨਰਲ ਕੁਸ਼ਨ ਨੇ ਕੋਈ ਇਹ ਨਹੀਂ ਕਹਿ ਸਕਦਾ ਕਿ ਕੁਐਸਚਨ ਜੀ ਔਖੇ ਆਗੇ ਕੁਐਸਚਨ ਸੌਖੇ ਆਗੇ ਤੋ ਇੱਥੇ ਸਾਰੇ ਸਾਰੇ ਆਪਣੇ ਕੋਲ ਕੁਐਸਚਨ ਜਿਹੜੇ ਜਨਰਲ ਕੁਐਸਚਨ ਨੇ ਇਹਨੂੰ ਆਪਾਂ ਰੋਟੇਟ ਕਰ ਲੈਂਦੇ ਆ ਠੀਕ ਹੈ ਤੋ ਇੱਥੇ ਕੰਪਿਊਟਰ ਦਾ ਆ ਵੀ ਕੁਐਸਚਨ ਆਇਆ ਹੋਇਆ ਹੈ ਕਾਫੀ ਸਾਰੇ ਬੱਚੇ ਸਰ ਕੰਪਿਊਟਰ ਆਏਗਾ ਜੀ ਮੈਂ ਉਦੋਂ ਵੀ ਕਹਿੰਦਾ ਸੀ ਕੰਪਿਊਟਰ ਆਏਗਾ ਜ਼ਰੂਰ ਆਏਗਾ ਤੋ ਆ ਦੇਖੋ ਜਿੱਥੇ ਕੰਪਿਊਟਰ ਦਾ ਕੁਐਸਚਨ ਆਇਆ ਹੋਇਆ ਹੈ ਸਾਈਬਰ ਅਟੈਕ ਤੇ ਕਾਫੀ ਸਾਰੀਆਂ ਕਲਾਸਾਂ ਜਿਹੜੀਆਂ ਸਾਈਬਰ ਅਟੈਕ ਤੇ ਚੱਲੀਆਂ ਸੀ ਅਗਰ ਤੁਸੀਂ ਲਗਾਈਆਂ ਹੋਣਗੀਆਂ ਤੋ ਇੱਥੇ ਸਾਈਬਰ ਅਟੈਕ ਤੇ ਕੁਐਸ 7th ਦੇ ਬਾਅਦ 8th ਕੁਐਸਚਨ ਯਾਨੀ ਕੰਪਿਊਟਰ ਸੈਕਸ਼ਨ ਚ ਵੀ ਦੋ ਕੁਐਸਚਨ ਆਪਾਂ ਨੂੰ ਦੇਖ ਨੂੰ ਮਿਲ ਗਏ ਕੰਪਿਊਟਰ ਸੈਕਸ਼ਨ ਚ ਹੈ ਨਾ ਸਸਟੇਨੇਬਲ ਡਿਵੈਲਪਮੈਂਟ ਤੇ ਕੁਐਸਚਨ ਆਇਆ ਹੋਇਆ ਸਸਟੇਨੇਬਲ ਡਿਵੈਲਪਮੈਂਟ ਵਰਡ ਦਾ ਅਗਰ ਮਤਲਬ ਪਤਾ ਹੈ ਇਸ ਕੁਐਸਚਨ ਨੂੰ ਤੁਸੀਂ ਇਸ ਲਈ ਕਰ ਸਕਦੇ ਸੀ ਸਸਟੇਨੇਬਲ ਡਿਵੈਲਪਮੈਂਟ ਦਾ ਮਤਲਬ ਕੀ ਹੁੰਦਾ ਕਿ ਇਹੋ ਜੀ ਡਿਵੈਲਪਮੈਂਟ ਜਿਹੜੀ ਕਿ ਲੰਬੀ ਹੋਵੇ ਔਰ ਜਿਹਦੇ ਵਿੱਚ ਜਿਹੜੇ ਨੇਚਰਲ ਰਿਸੋਰਸਸ ਹੈ ਉਹਨਾਂ ਦਾ ਡਿਪਲੇਸ਼ਨ ਨਾ ਹੋਵੇ ਉਹਨੂੰ ਆਪਾਂ ਸਸਟੇਨੇਬਲ ਡਿਵੈਲਪਮੈਂਟ ਕਹਿੰਦੇ ਆ ਠੀਕ ਹੈ ਵਿਦਾਊਟ ਇੰਪੈਕਟਿੰਗ ਦਾ এনवायरमेंट ਇਨੈਗੇਟਿਵਲੀ ਠੀਕ ਹੈ ਤਾਂ ਲੌਂਗ ਲਾਸਟਿੰਗ ਡਿਵੈਲਪਮੈਂਟ ਵਿਦਾਊਟ ਇੰਪੈਕਟਿੰਗ ਦੇਖੋ ਬੜਾ ਸਹੀ ਆਨਸਰ ਜਿਹੜਾ ਮਾਰਕੀਟ ਦੇ ਵਿੱਚ ਕੀਤਾ ਹੋਇਆ ਹੈ ਠੀਕ ਹੈ এনवायरमेंट ਇਹਦੇ ਵਿੱਚ ਉਹਦੇ ਤੇ ਇੰਪੈਕਟ ਨਹੀਂ ਹੋਣਾ ਚਾਹੀਦਾ ਤਾਂ ਆ ਸਸਟੇਨੇਬਲ ਡਿਵੈਲਪਮੈਂਟ ਤੇ ਕੁਐਸਚਨ ਸੀਗਾ ਤੇ ਉਹਦੇ ਬਾਅਦ ਆਪਾਂ ਦੇਖਦੇ ਹਾਂ ਜੀ ਆ 9th ਨੰਬਰ ਕੁਐਸਚਨ ਸ਼ਿਵਾਨੀ ਮੈਡਮ ਵੀ ਆ ਚੁੱਕਿਆ ਹੈ ਔਰ ਜਿਹੜੇ ਇਹ ਵੀ ਦੇਖਣਗੇ ਕਿ ਕੰਪਿਊਟਰ ਦੇ ਜਿਹੜੇ ਕੁਐਸਚਨ ਹੈ ਸ਼ਿਵਾਨੀ ਮੈਡਮ ਨੇ ਕਰਾਏ ਉਹ ਪੇਪਰ 'ਚ ਆਏ ਹੋਏ ਨੇ ਤਾਂ ਫਸਟ ਰੋਬਟ ਸਿਟੀਜ਼ਨ ਹਿਊਮਨਾਈਟ ਆ ਰੋਬਰਟ ਹਿਊਮਨਾਈਟ ਰੋਬਰਟ ਉਹਦਾ ਨਾਮ ਇਹਦੇ ਵਿੱਚ ਪੁੱਛਿਆ ਹੋਇਆ ਰੋਕੀ ਸਟੀਫਨ ਸੋਫੀਆ ਕਿਟੀ ਠੀਕ ਹੈ ਆਹ ਕਰੰਟ ਫੇਸ ਦਾ ਕੁਐਸਚਨ ਹੈ ਰੋਬਰਟ ਤੋਂ ਰੋਬਰਟ ਸਿਟੀਜ਼ਨ ਤੋਂ ਆ ਵੀ ਕੁਐਸਚਨ ਆਪਣਾ ਇੱਕ ਸੋਖਾ ਜਿਹਾ ਕੁਐਸਚਨ ਸੀਗਾ ਆਈ ਥਿੰਕ ਇਹਦਾ ਸੋਫੀਆ ਜਿਹੜਾ ਇਹਦਾ ਆਨਸਰ ਆ ਓਕੇ ਹੁਣ ਆਪਾਂ ਇੱਥੇ ਕੁਐਸਚਨ ਚੱਲਦੇ ਆਂ ਜੀ ਆਹ 9th ਨੰਬਰ ਕੁਐਸਚਨ ਤੇ ਆ 10th ਨੰਬਰ ਕੁਐਸਚਨ ਤੇ ਆਜੋ ਜੀ 10th ਨੰਬਰ ਕੁਐਸਚਨ ਜਿਹੜਾ ਇਹਦੇ ਵਿੱਚ ਕੀ ਆ ਰਿਹਾ ਕਿ ওয়াটার ওয়েজ কানেਕਟੀਵਿਟੀ ট্রান্সਪੋਰਟ ਠੀਕ ਹੈ ওয়াটার ওয়েজ কানেਕਟੀਵਿਟੀ ট্রান্সਪੋਰਟ ਇਹਦੇ ਵਿੱਚ ਇਹਦੇ ਬਾਰੇ ਕੁਝ ਦੇਸ਼ਾਂ ਦਾ ਜਿਹੜਾ ਰੀਜਨਲ ਇੰਟੀਗ੍ਰੇਸ਼ਨ ਮੈਂ ਕਾਫੀ ਜ਼ਿਆਦਾ ਇਹਦੇ ਤੇ ਕੁਐਸਚਨ ਕਰਦਾ ਰਿਹਾ ওয়াটার ওয়েজ ট্রান্সਪੋਰਟੇਸ਼ਨ ਤੇ ਠੀਕ ਹੈ ਤਾਂ ਇਹਦੇ ਵਿੱਚ ਰੀਜਨਲ ਇੰਟੀਗ੍ਰੇਸ਼ਨ ਤੇ ਕੁਐਸਚਨ ਆਇਆ ਹੋਇਆ ਫਿਰ ਉਹਦੇ ਬਾਅਦ ਫਾਸਟਰ ਫਾਸਟਰ ਦੀ ਫੁੱਲ ਫਾਰਮ ਦਿੱਤੀ ਹੋਈ ਆ ਔਰ ਇਹ ਫਾਸਟ ਐਂਡ ਸਿਕਿਉਰ ট্রান্সਮਿਸ਼ਨ ਇਲੈਕਟ੍ਰੋਨਿਕ ਰਿਕਾਰਡਸ ਡਿਜੀਟਲ ਪਲੇਟਫਾਰਮ ਆ ਕੇ ਦੇ ਦੁਆਰਾ ਲਾਂਚ ਕੀਤਾ ਗਿਆ ਉਦੇ ਬਾਅਦ ਰੋਬੋਟਿਕ ਹੋ ਗਿਆ ਆਪਣਾ ਇੰਡੀਅਨ ਨੇਵੀ ਦਾ ਖਾਸਾ ਆਈ ਐਨ ਐਸ ਖੋਸਾ ਖੋਸਾ ਇਨ ਆਂਦਮਨ ਉਹਦਾ ਨਾਮ ਜਿਹੜਾ ਕੀ ਕਰ ਦਿੱਤਾ ਗਿਆ ਆਹ ਇਹ ਕੁਸ਼ਨ ਆਇਆ ਹੋਇਆ ਹੈ ਕਰੰਟ ਅਫੇਅਰਸ ਦਾ ਠੀਕ ਹੈ ਕ੍ਰਿਪਟੋ ਵਾਇਰ ਦੇ ਕੁਸ਼ਨ ਆਇਆ ਕ੍ਰਿਪਟੋ ਵਾਇਰ ਇੱਕ ਏਜੰਸੀ ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ ਕਿ ਜਿਸ ਤਰ੍ਹਾਂ ਸ਼ੇਅਰ ਮਾਰਕੀਟ ਦੇ ਵਿੱਚ ਚੀਜ਼ਾਂ ਹੁੰਦੀਆਂ ਉਸ ਤਰ੍ਹਾਂ ਕ੍ਰਿਪਟੋ ਵਾਇਰ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਜਿਹਦੇ ਵਿੱਚ ਕਾਫੀ ਸਾਰੀ ਕਰੰਸੀਜ਼ ਜਿਹੜੀਆਂ ਆਪਣੇ ਆਪ ਨੂੰ ਲਿਸਟ ਕਰ ਰਹੀਆਂ ਨੇ ਉਹ ਐਕਸਚੇਂਜ ਟਾਈਪ ਦਾ ਸੀਗਾ ਠੀਕ ਹੈ ਵਿਥੇ ਸੈਕਿੰਡ অপਸ਼ਨ ਤਾਂ ਪੱਕੀ ਆ ਅੱਛਾ ਉਹਦੇ ਬਾਅਦ ਆਹ ਕੁਸ਼ਣ ਦੇਖਦੇ ਆ ਜੀ ਪੈਟਰੋਲ ਡੀਜ਼ਲ ਵੀਹਿਕਲਸ 2030 ਤੋਂ ਕਿਹੜੀ ਕੰਟਰੀ ਬੈਨ ਕਰ ਰਹੀ ਹੈ ਕਰੰਟ ਅਫੇਅਰਸ ਦੇ ਵਿੱਚ ਅਮੂਮਨ ਇਹੇ ਘੋਸ਼ਣਾ ਆਪਾਂ ਪੜਿਆ ਹੋਇਆ ਹੈ ਹੈਨਾ ਪੈਟਰੋਲ ਡੀਜ਼ਲ ਕੰਟਰੀ ਕਿਹੜੀ ਇਹ ਬੈਨ ਕਰ ਰਹੀ ਆ ਤਾਂ ਆਪਾਂ ਬਹੁਤ ਵਰੀਆ ਕੁਸ਼ਣ ਕੀਤਾ ਕਿ ਯੂਕੇ ਨੇ ਇਹ ਡਿਸੀਜਨ ਲਿਆ ਸੀਗਾ ਅਗਲੇ ਕੁਸ਼ਣ ਤੇ ਚੱਲਦੇ ਆ ਜੁਆਇੰਟ ਮਿਲਟਰੀ ਐਕਸਰਸਾਈਜ਼ ਇੰਡੀਅਨ ਕੋਸਟ ਗਾਰਡ ਇੰਡੀਅਨ ਨੇਵੀ ਮਤਲਬ ਸਾਰਿਆਂ ਦੀ ਮਿਲ ਕੇ ਜਿਹੜੀ ਇੱਕ ਐਕਸਰਸਾਈਜ਼ ਹੋਈ ਸੀ ਉਹਦਾ ਨਾਮ ਇਹਦੇ ਵਿੱਚ ਪੁੱਛਿਆ ਗਿਆ ਹੈ ਠੀਕ ਹੈ IWWAGE ਇਹ ਵੇਜ ਇਹ ਵੇਜ ਦੀ ਫੁੱਲ ਫਾਰਮ ਇਹਦੇ ਵਿੱਚ ਪੁੱਛੀ ਹੋਈ ਆ ਯਾਨੀ ਪੇਪਰ ਦੇ ਵਿੱਚ ਸਿੱਧੀਆਂ-ਸਿੱਧੀਆਂ ਫੁੱਲ ਫਾਰਮ ਪੁੱਛੀਆਂ ਹੋਈਆਂ ਠੀਕ ਹੈ ਉਹਦੇ ਬਾਅਦ US ਚਿਪ ਕੋ ਮੇਕਰ ਇੰਟੈਲ ਟੂ ਬੀਕਮ ਦਾ ਵਰਲਡਸ ਲੀਡਿੰਗ ਚਿਪ ਮੇਕਰ ਚਿਪ ਮੇਕਰ ਰੈਵਨਿਊ 2021 ਤੋਂ ਆ ਆ ਜੀ ਕੁਐਸਚਨ ਸਾਰੇ ਆਏ ਹੋਏ ਨੇ ਠੀਕ ਹੈ ਤਾਂ ਪੇਪਰ ਦੀ ਆਪਾਂ ਫਿਲਹਾਲ ਗੱਲ ਕਰੀਏ ਕਿ ਪੇਪਰ ਦੇ ਵਿੱਚ ਆਇਆ ਕੀ ਆ ਜਿਆਦਾ ਤਾਂ ਮੈਨੂੰ ਕਰੰਟ ਅਫੇਅਰਸ ਹੀ ਦਿਖ ਰਿਹਾ ਤੁਹਾਨੂੰ ਕੀ ਦਿਖ ਰਿਹਾ ਤੋਂ ਜਿਆਦਾ ਕੀ ਆ ਕਰੰਟ ਅਫੇਅਰਸ ਹੀ ਆਪਣੇ ਕੋਲ ਇੱਥੇ ਜਿਆਦਾ ਆਇਆ ਹੋਇਆ ਹੈ ਨਾ ਤੇ ਉਹਦੇ ਬਾਅਦ ਆ ਗਿਆ ਆਪਣੇ ਕੋਲ ਡੈਵਿਸ ਕੱਪ ਤੇ ਕੁਸ਼ਨ ਆਇਆ ਹੋਇਆ 2021 ਕਿਹਦੇ ਦੁਆਰਾ ਜਿੱਤਿਆ ਗਿਆ ਡੈਵਿਸ ਕੱਪ ਤੇ ਜਿਹੜੇ ਕਰੰਟ ਅਫੇਅਰਸ ਦੇ ਵਿੱਚ ਮੈਂ ਜਿਹੜੀ ਜਿਹੜੀ ਮੈਥਨ ਕਰਾਈ ਸੀਗੀ ਉਹਦੇ ਚ ਡੈਵਿਸ ਕੱਪ ਹੈ ਜਿਹੜਾ ਕਵਰ ਕੀਤਾ ਹੋਇਆ ਅ ਨੈਕਸਟ ਆਪਾਂ ਦੇਖਦੇ ਹਾਂ ਜੀ ਆਹ ਕੁਸ਼ਨ ਇੱਥੇ ਦੇਖਦੇ ਹਾਂ ਗਿਆਨਪੀਥ ਅਵਾਰਡ ਨੂੰ ਲੈ ਕਰਕੇ ਕੁਐਸਚਨ ਆਇਆ ਹੋਇਆ ਗਿਆਨਪੀਥ ਅਵਾਰਡ ਕਿ ਨੂੰ ਮਿਲਿਆ ਠੀਕ ਹੈ ਗਿਆਨਪੀਥ ਅਵਾਰਡ ਤੇ ਚਾਰ ਸਟੇਟਮੈਂਟ ਆਈਆਂ ਹੋਈਆਂ ਉਹਦੇ ਤੇ ਜਿਹੜਾ ਆਹ ਕੁਐਸਚਨ ਹੈ ਤੋ ਕੁਐਸਚਨ ਹਮੇਸ਼ਾ ਪੀਪੀਐਸਸੀ ਚ ਐਵੇਂ ਦੇ ਜਾਂਦੇ ਨੇ ਸਟੇਟਮੈਂਟਾਂ ਦਿੱਤੀਆਂ ਹੁੰਦੀਆਂ 1 0 2 1 ਐਂਡ 3 ਤੋ ਐਵੇਂ ਕਰਕੇ ਜਿਹੜੇ ਸਾਰੇ ਕੁਐਸਚਨ ਆਉਂਦੇ ਨੇ ਐਵੇਂ ਦੇ ਹੀ ਕੁਐਸਚਨ ਆਇਆ ਹੁਣ ਆਪਾਂ ਚੱਲਦੇ ਆਂ ਜੀ ਆਹ ਸਾਰੇ ਕਰੰਟ ਅਫੇਅਰ ਦੇ ਕੁਐਸਚਨ ਨੇ ਪ੍ਰੈਜ਼ੀਡੈਂਸੀ ਜੀ 20 ਦੀ ਦਸੰਬਰ 2022 ਤੇ 23 ਕਿੱਥੇ ਹੋ ਰਹੀ ਆ ਇਹ ਤਾਂ ਕੁਐਸਚਨ ਜਿਹੜਾ ਬੜਾ ਸੋਖਾ ਜਿਹਾ ਕੁਐਸਚਨ ਸੀਗਾ ਇੰਡੀਆ ਜੇ ਜੇ ਐਨ ਕੇ ਦੇ ਵਿੱਚ ਹੋ ਰਹੀ ਆ ਔਰ ਇਹ ਪਰਸੋਂ ਦੀ ਜਿਹੜੀ ਮੈਰਾਥਨ ਲਈ ਸੀ ਉਹਦੇ ਵਿੱਚ ਵੀ ਇਹ ਕਵਰ ਕਾਫੀ ਸਾਰੇ ਕੁਐਸਚਨ ਜਿਹੜੇ ਮੈਰਾਥਨ ਦੇ ਵਿੱਚੋਂ ਤੁਹਾਨੂੰ ਇੱਥੇ ਦਿਖਣ ਦੇਖੋ ਨੂੰ ਮਿਲਣਗੇ ਠੀਕ ਹੈ ਥੋੜਾ ਜਿਹਾ ਆਪਾਂ ਅੱਗੇ ਚੱਲਦੇ ਆ ਜੀ ਅੱਗੇ ਚੱਲਦੇ ਆ ਹਾਂ ਕੱਲ ਸ਼ਾਮ ਨੂੰ ਹੀ ਮੈਂ ਕੁਝ ਬੱਚਿਆਂ ਨੂੰ ਦੱਸਿਆ ਸੀਗਾ ਕਿ ਇੱਕ ਵਾਰੀ ਕੋਆਪਰੇਟਿਵ ਸੁਸਾਇਟੀ ਐਕਟ ਬਾਰੇ ਥੋੜਾ ਜਿਹਾ ਪੜ੍ਹਨਾ ਜ਼ਰੂਰ ਆ ਉਹਦੇ ਤੋਂ ਕੁਐਸਚਨ ਆ ਸਕਦਾ ਹੈ ਤੇ 29th ਕੁਐਸਚਨ ਜਿਹੜਾ ਕੋਆਪਰੇਟਿਵ ਸੁਸਾਇਟੀ ਤੋਂ ਹੀ ਆਇਆ ਹੋਇਆ ਠੀਕ ਹੈ ਜਿਹੜੇ ਬੱਚੇ ਮੇਰੇ ਪੀਡੀਐਫ ਜਿਹੜੀ ਉਹ ਭੇਜ ਦਿੱਤੀ ਸੀਗੀ ਕੋਆਪਰੇਟਿਵ ਸੁਸਾਇਟੀ ਚ ਉਹ ਆ ਚੀਜ਼ਾਂ ਜਿਹੜੀਆਂ ਪੜ ਲਓ ਇਹ ਜਿਆਦਾ ਇੰਪੋਰਟੈਂਟ ਆ ਠੀਕ ਹੈ ਅ ਪੇਪਰ ਦਾ ਲੈਵਲ ਦੇਖੋ ਜੀ 소ਫੀਆ ਜੀ ਆ ਪੇਪਰ ਦਾ ਲੈਵਲ ਹੈ ਮੋਡਰੇਟ ਜੀਆ ਮਿਕਸ ਜੀਆ ਕੁਐਸ਼ਨ ਸੋਖੇ ਵੀ ਬੜੇ ਨੇ ਕੁਝ ਜਿਹੜੇ ਜਿਹੜੇ ਚੀਜ਼ਾਂ ਨਹੀਂ ਪੜੀਆਂ ਹੁੰਦੀਆਂ ਫਿਰ ਟਫ ਲੱਗਦਾ ਹੈ ਹੈਨਾ ਜੇ ਚੀਜ਼ਾਂ ਪੜੀਆਂ ਚੋਂ ਪੇਪਰ ਆ ਜੇ ਫਿਰ ਤਾਂ ਸੋਖਾ ਲੱਗਦਾ ਅਗਰ ਪੜੀਆਂ ਚੋਂ ਨਾ ਆਵੇ ਫਿਰ ਆਪਾਂ ਨੂੰ ਟਫ ਲੱਗਦਾ ਹੁੰਦਾ ਆਹ ਕੁਐਸ਼ਨ ਤੁਹਾਡਾ ਨਾ ਹੀ ਕਰੰਟ ਅਫੇਅਰ ਦੇ ਵਿੱਚੋਂ ਨਾ ਹੀ ਸਾਇੰਸ ਚੋਂ ਆਹ ਕੋਆਪਰੇਟਿਵ ਸੁਸਾਇਟੀ ਦੇ ਐਕਟ ਦੇ ਤੋ ਯਾਨੀ ਕੋਆਪਰੇਟਿਵ ਸੁਸਾਇਟੀ ਪੜ੍ਹ ਕੇ ਜਾ ਰਹੇ ਹੋ ਤਾਂ ਉਹ ਐਕਟ ਵੀ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਬੈਸਟ 에어ਪੋਰਟ ਸੈਕੰਡ ਟਾਈਮ ਕਿਹੜਾ ਰਿਹਾ ਉਹਦੇ ਬਾਅਦ ਆਰਬੀਆਈ ਦੇ ਦੁਆਰਾ ਕੈਸ਼ ਰਿਜ਼ਰਵ ਰੇਸ਼ਿਓ ਦੀ ਇਹਦੇ ਤੇ ਕੁਐਸਚਨ ਆਇਆ ਹੋਇਆ ਯਾਨੀ ਇਕਨੋਮੀ ਦਾ ਕੁਐਸਚਨ ਹੈ ਠੀਕ ਹੈ ਪੂਰਾ ਸਕੀਮ ਬਾਰੇ ਪੂਰਾ ਸਕੀਮ ਬਾਰੇ ਕੁਐਸਚਨ ਆਇਆ ਹੋਇਆ ਸ਼ੈਡਿਊਲਡ ਕੋਆਪਰੇਟਿਵ ਬੈਂਕਸ ਇਹਦੀ ਸਟੇਟਮੈਂਟ ਦਿੱਤੀ ਹੋਈ ਹੈ ਯਾਨੀ ਕਿ ਆਫੇਅਰ ਕੋਆਪਰੇਟਿਵ ਸੁਸਾਇਟੀ ਦਾ ਇੱਕ ਕੁਐਸਚਨ ਜਿਹੜਾ ਇੱਥੇ ਦੇਖ ਨੂੰ ਮਿਲਦਾ ਹੈ ਠੀਕ ਹੈ ਮਿਨਿਸਟਰੀ ਜਿਨ੍ਹਾਂ ਨੇ ਕਿਸਾਨ ਸਾਰਥ ਲੌਂਚ ਕੀਤਾ ਹੈ ਕਿ ਇਸ ਮਿਨਿਸਟਰੀ ਦੇ ਦੁਆਰਾ ਸਾਰਥ ਦੇਖੋ ਜਦ ਸਾਰਥੀ ਦੀ ਗੱਲ ਕਰੀਏ ਡਿਜੀਟਲ ਪਲੇਟਫਾਰਮ ਹੈ ਯਾਨੀ ਐਗਰੀਕਲਚਰ ਦਾ ਹੋਏਗਾ ਹੋਏਗਾ ਡਿਜੀਟਲ ਦੀ ਗੱਲ ਕਰ ਰਹੇ ਆ ਆਈਟੀ ਇੰਡਸਟਰੀ ਯਾਨੀ ਕਿ ਆਈਟੀ ਮਿਨਿਸਟਰੀ ਤੇ ਇਲੈਕਟ੍ਰੋਨਿਕਸ ਵੀ ਹੋਏਗੀ ਠੀਕ ਹੈ ਤਾਂ ਇਸ ਕਰਕੇ ਆ ਕੁਸ਼ਨ ਆਨਸਰ ਸ਼ਾਂਤਕੁਮਾਰ ਕਮੇਟੀ ਆ ਸ਼ਾਂਤਕੁਮਾਰ ਯਾਨੀ ਕਿ ਆ ਤੁਹਾਡਾ ਕੁਸ਼ਨ ਜਿਹੜਾ ਸ਼ਾਂਤਕੁਮਾਰ ਕਮੇਟੀ ਇਸ ਤੋਂ ਜਿਹੜਾ ਕੁਸ਼ਨ ਆਇਆ ਹੋਇਆ ਔਰ ਕੁਸ਼ਨ ਦੇਖਾ ਅਗਰ ਦੇਖੀਏ ਕਿ ਕਰੰਟ ਅਫੇਅਰ ਦਾ ਹੈ ਹਾਂ ਪਰ ਥੋੜਾ ਜਿਹਾ ਪੁਰਾਣਾ ਕੁਸ਼ਨ ਵੀ ਆ ਔਰ ਥੋੜਾ ਜਿਹਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਗਸਤ ਜਾਂ ਜੁਲਾਈ ਦਾ ਲੇਟੈਸਟ ਹੈ ਰੀਚੀ ਸਰ ਵੀ ਜੁੜ ਚੁੱਕੇ ਨੇ ਆਹ ਰੀਚੀ ਸਰ ਰੀਚੀ ਸਰ ਪੇਪਰ ਹਤਨ ਕਿਵੇਂ ਦਾ ਲੱਗੇ ਸੇਗਲ ਜੀ ਸਾਰਿਆਂ ਨੂੰ ਔਰ ਆਫਟਰ ਆਲ ਉਹ ਦਿਨ ਆ ਗਿਆ ਜਿਸ ਦਿਨ ਤੁਸੀਂ ਤੁਹਾਡੀ ਮਿਹਨਤ ਜਿਹੜੀ ਸੀਗੀ ਉਹ ਰੰਗ ਲੈਣੀ ਸੀਗੀ ਔਰ ਪਤਾ ਲੱਗਣਾ ਸੀਗਾ ਕਿ ਇਸ ਬੱਚੇ ਨੇ ਕਿੰਨੀ ਤਿਆਰੀ ਕੀਤੀ ਹੈ ਸਰ ਇੱਕ ਗੱਲ ਹੈਗੀ ਹੈ ਪੀਪੀਐਸਸੀ ਇਜ਼ ਪੀਪੀਐਸਸੀ ਇਹ ਆਪਾਂ ਹਰ ਵਾਰੀ ਗੱਲ ਕਹਿੰਦੇ ਸੀਗੇ ਬਿਲਕੁਲ ਬਿਲਕੁਲ ਬਹੁਤ ਸਾਰੇ ਜਿਹੜੇ ਪੜ੍ਹਾਉਂਦੇ ਸੀਗੇ ਲੋਕ ਉਹ PPCS ਦੇ ਨਾਂ ਤੇ ਬਾਕੀ ਚੀਜ਼ਾਂ ਪੜਾਈ ਜਾਂਦੇ ਸੀ ਲੇਕਿਨ PPCS ਦਾ ਸਿਲੇਬਸ ਉਹੀ ਸਮਝ ਸਕਦਾ ਜਿਹਨੂੰ ਪਤਾ ਹੋਵੇ ਕਿ PPCS ਹੁੰਦਾ ਕੀ ਜਾਂ ਸਟੱਡੀ ਕੀਤੀ ਹੋਵੇ ਹੋਰ PPCS ਅੱਜ ਆਪਣੇ ਪੇਪਰ ਦੇ ਵਿੱਚ ਆਪਣੀ ਡੈਪਥ ਦੱਸਦੀ ਹੈ ਕਿ ਕਿਸ ਹੱਦ ਤੱਕ ਕਿਸ ਡੀਪ ਤਰੀਕੇ ਨਾਲ ਬੱਚੇ ਨੂੰ ਤਿਆਰੀ ਵਰ ਪੜਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਤੇ ਲਗਾਤਾਰ 1 ਸਾਲ ਤਿਆਰੀ ਕੀਤੀ ਹੈ ਪੜਾਈ ਕੀਤੀ ਹੈ ਉਹ ਤੇ ਉਹਨਾਂ ਦਾ ਜਿਹੜਾ ਰਿਸਪੌਂਸ ਹੈ ਉਹ ਅੱਛਾ ਹੈ ਕਿ ਦੇ ਆਰ ਹੈਪੀ ਕੌਨਫੀਡੈਂਟ ਨਾਲ ਪੇਪਰ ਦੇ ਕੇ ਬਾਹਰ ਆਇਆ ਨੇ ਸਰ ਆ ਦੇਖੋ ਇੱਕ ਨਾ ਇਕਨੋਮੀ ਦਾ ਪੂਣੀ ਮੈਂ ਕੁਐਸਚਨ ਦੇਖ ਰਿਹਾ ਸੀਗਾ ਆ ਕੁਐਸ਼ਨ ਕਬ ਪੇ ਕੁਐਸ਼ਨ ਚੀਜ਼ਾਂ ਸੋਖਿਆ ਵੀ ਐ ਕੋਆਪਰੇਟਿਵ ਸੁਸਾਇਟੀ ਜੋ ਕਰ ਰਹੀ ਸੀ ਬੱਚਿਆਂ ਨੂੰ ਦੱਸ ਦਿੱਤਾ ਸੀ ਤੇ ਸੀਆਰਐਰ ਰੇਸ਼ਿਓ ਤੋਂ ਕੁਐਸ਼ਨ ਆਇਆ ਹੋਇਆ ਦੇਖੋ ਜੀਐਸਟੀ ਕੁਐਸ਼ਨ ਬੰਨ੍ਹ ਨਹੀਂ ਦਿਗਾ ਸਰ ਇਹ ਬਿਲਕੁਲ ਡਾਇਰੈਕਟ ਕੁਐਸ਼ਨ ਮੇਰੀ ਕਲਾਸ ਦਾ ਕੁਐਸ਼ਨ ਹੈ ਕੋਈ ਬੱਚਾ ਚੈਲੰਜ ਕਰ ਦੇ ਜੀਐਸਟੀ ਲਗਾਤਾਰ ਪੜਾਇਆ ਹੋਇਆ 100 ਫਰਸਟ ਅਮੈਂਡਮੈਂਟ ਹੈਗੀ ਐ 1 ਜੁਲਾਈ ਤੋਂ ਹੀ ਇਹ ਇੰਪਲੀਮੈਂਟ ਹੋਈ ਐ ਇਹਦੇ ਵਿੱਚ ਸਿਰਫ ਜਰਮਨੀ ਜਿਹੜੀ ਕੰਟਰੀ ਐ that is not the origin of जीएसटी ਇਹ ਇਹ ਆਪਸ਼ਨ ਜਿਹੜੀ ਐ ਇਹਦੀ ਗਰਤ ਐ ਠੀਕ ਹੈ ਅਮਿਤਾ ਬੱਚਨ ਇਜ਼ ਦੀ ਬ੍ਰਾਂਡ ਐਮਬੈਸਡਰ ਟੂ ਪ੍ਰੋਮੋਟ ਜੀਐਸਟੀ ਇਹ ਕੁਐਸਚਨ ਵੀ ਕਿਤੇ ਤੁਸੀਂ ਦੇਖਿਆ ਕਿ ਤੇ ਅਮਿਤਾ ਬੱਚਨ ਨੂੰ ਸਰ ਕਿਤੇ ਪ੍ਰੋਮੋਟ ਕਰਦੇ ਜੀਐਸਸੀ ਨੂੰ ਨਹੀਂ ਮੈਨੂੰ ਮੇਰੇ ਮਾਈਂਡਸ ਨਹੀਂ ਹੈਗਾ ਹਾਂ ਸੋ ਇਟਸ ਡੀਪ ਤੱਕ ਦੇਖੋ ਤੁਸੀਂ ਸਮਝ ਲਓ कि दिस इज द लेवल ऑफ ППएससी इस लेवल दा देखो सिंगल क्वेश्चन आ जांदा व्हाट इज जीएसटी दैट इज ओके वो बिल्कुल क्लर्कियल लेवल पेपर्स से ਤੁਹਾਨੂੰ ਹੀ ਮਿਲੇਗਾ ਲੇਕਿਨ ਵੈਨ ਯੂ ਆਰ ਪ੍ਰਪੇਅਰਿੰਗ ਫਾਰ ਪੀਪੀਐਸਸੀ ਤੋ ਦੇਖ ਲਓ ਜੀਐਸਟੀ ਦਾ ਕਿੰਨਾ ਇਨ ਡੈਪਥ ਜਿਹੜਾ ਐਨਲਾਈਸਿਸ ਹੈ ਉਹ ਹੋਣਾ ਚਾਹੀਦਾ ਦੇਖੋ ਇਹਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੂੰ ਫੜ ਕੇ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਉਸ ਆਰਗੇਨਾਈਜੇਸ਼ਨ ਦੇ ਬਾਰੇ ਡਿਟੇਲ ਪੁੱਛੀ ਹੈ ਫਾਰ ਇਗਜ਼ਾਮਪਲ ਇੱਥੇ ਯੂਨਾਈਟਿਡ ਨੇਸ਼ਨਸ ਜਰਨਲ ਅਸੈਂਬਲੀ ਦਾ ਕੁਐਸਚਨ ਆਇਆ ਹੋਇਆ ਯੂਨਜੀਏ UNG ਦੇ ਦਾ ਉਹਨੇ ਦੇਖੋ ਕਿੰਨੇ ਕੁਐਸ਼ਨਸ ਪੁੱਛੇ ਨੇ ਕਿ ਵਾਟ ਇਜ਼ ਦੀ ਰੈਜ਼ੋਲੂਸ਼ਨ ਜੋ ਉਹਨੇ ਪਾਸ ਕੀਤਾ ਹੈ ਸੱਚ ਦਾ ਆਨਸਰ ਬਿਲਕੁਲ ਇਹਨੇ ਸਹੀ ਮਾਰ ਕੀਤਾ ਹੋਇਆ 1 ਐਂਡ 3 ਹੈ ਸਰ ਹਾਂ 1 ਐਂਡ 3 ਬਿਲਕੁਲ ਸਹੀ ਆਨਸਰ ਇਹਨੇ ਮਾਰ ਕੀਤਾ ਹੋਇਆ ਕਿਉਂਕਿ ਆਪਾਂ ਦੇਖਿਆ ਨਹੀਂ ਆ ਬਹੁਤ ਵਾਰੀ ਬਟ ਕਰੰਟ ਅਫੇਅਰਸ ਦੇ ਵਿੱਚ ਆਹ ਜਿਹੜਾ ਬ੍ਰਾਂਡ ਅੰਬੈਸਡਰ ਉਹ ਬਣੇ ਸੀਗੇ ਸਾਰੇ ਬ੍ਰਾਂਡ ਅੰਬੈਸਡਰ ਜਿਹੜੇ ਚਲੋ ਜੋ ਕੁਐਸ਼ਨਸ ਤੁਸੀਂ ਡਿਸਕਸ ਕਰਤੇ ਸਰ ਉਹ ਤੇ ਠੀਕ ਹੈ ਲੈਟਸ ਅ ਮੂਵ ਅਹੈਡ ਦੇਖੋ ਜਿਓਗ੍ਰਾਫੀ ਦਾ ਡਾਇਰੈਕਟ ਜਿਓਗ੍ਰਾਫੀ ਦੇਖੋ 8 ਨੰਬਰ ਦੇ 8 ਕੁਐਸਚਨਸ ਆਏ ਸੀਗੇ ਜਿਓਗ੍ਰਾਫੀ ਦੇ ਡਾਇਰੈਕਟ ਫਰੋਮ आवर ਸਿਲੇਬਸ ਜਿਹੜਾ ਕਿ ਪਿਛਲਾ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ ਔਰ ਬੱਚੇ ਨੂੰ ਮੈਂ ਦੱਸਿਆ ਵੀ ਸੀਗਾ ਕਿ ਕਿਸ ਪ੍ਰਕਾਰ ਜਿਹੜੇ ਜਿਹੜੇ ਕੁਐਸਚਨ ਕਲਾਸ ਦੇ ਵਿੱਚ ਕੀਤੇ ਹੋਏ ਨੇ ਸੇਮ ਸਿਲੇਬਸ ਕੀਤਾ ਹੋਇਆ ਸੇਮ ਹੈ ਹੁਣ ਦੇਖੋ ਇੱਥੇ ਏ 마히 river is the only river in india that cuts the tropic of cancer twice absolutely correct hai river limpopo kitta siga jeda ki tropic of capricorn no twice correct kar diye congo river jedi hai it intersects equator twice isse tarah india de vich river mahi hai jedi ki do bar kar diye isse tarah cities da ohne puchla hai tropic of cancer matlab tropic of cancer kinne countries to guzar rahe hai continents to guzar rahe hai water bodies to guzar rahe hai ਇੱਥੇ ਤੱਕਰ ਦੀ ਡੈਪਥ ਹੈਗੀ ਹੈ ਯੂਪੀਐਸਸੀ ਦੀ ਜਿੰਨੇ ਤੇ ਮੇਰੇ ਨਾਲ ਮੈਪਸ ਕੀਤਾ ਹੋਇਆ ਪੂਰੇ ਵਰਲਡ ਦੇ ਵਿੱਚ ਟ੍ਰੋਪਿਕ ਆਫ ਕੈਂਸਰ ਟ੍ਰੋਪਿਕ ਆਫ ਕੈਪਰਗਨ ਕੀਤਾ ਸੀ ਉਹਦੇ ਵਾਸਤੇ ਸੋਖਾ ਹੈ ਜਿੰਨੇ ਸਿਰਫ ਉੱਪਰੋਂ ਪ੍ਰੋਪਰ ਟ੍ਰੋਪਿਕ ਆਫ ਕੈਂਸਰ ਪੜ੍ਹ ਕੇ ਕੀ ਹੁੰਦਾ ਉਹ ਚੱਲ ਗਿਆ ਸੀ ਉਸ ਬੱਚੇ ਨੂੰ ਅੱਕੜ ਬੱਕੜ ਕਰਨੇ ਦੀ ਜਰੂਰ ਜਿਹੜੀ ਹੈ ਜ਼ਰੂਰ ਪਈ ਹੋਣੀ ਹੈ ਸੋ ਵਾਟ ਆਈ ਏਮ ਟ੍ਰਾਈਂਗ ਟੂ ਸੇ ਇਜ਼ ਯੂਪੀਐਸਸੀ ਇਜ਼ ਜਾਂ ਪੀਪੀਐਸਸੀ ਇਜ਼ ਪੀਪੀਐਸਸੀ ਉਹਦੀ ਜਿਹੜੀ ਤਿਆਰੀ ਹੈ ਉਸ ਲੈਵਲ ਉਸਤਰ ਦੀ ਹੋਣੀ ਚਾਹੀਦੀ ਹੈ ਜੀ ਸਰ ਅਗਲਾ ਕੁਐਸਚਨ ਦੇਖੋ ਆਰਬੀਆਈ ਦਾ ਆ ਗਿਆ RBI announces an increase of the CRR what does it mean simple hai inflation je vad hai gi market de vich mehangai zyada hai te CRR increase hoegi decrease hoegi mehangai de naal related hai oh unne unne kiyana ki announces an increase of CRR CRR ki honda bankan ne jehda paisa rakhna honda hai RBI kol te je bankan kol paisa rakhega te market de vich paisa ghat ho jayega is karke commercial bank will have more money nahi ji zyada paisa nahi hoega zyada kide kol chal gaya RBI kol chal gaya इसी तरह कमर्शियल बैंक विल हैव लेस मनी टू लेंड बिल्कुल करेक्ट गल है बी इन एब्सोल्युटली करेक्ट है सो so, ये अंडरस्टैंडिंग है फिर देखो तुसी सर क्वेश्चन हिस्ट्री तो बैटल ऑफ क्लासी तो क्वेश्चन आया हुआ है बिल्कुल इंग्लिश डायरेक्ट क्वेश्चन वे है ਦੀ ਬੈਟਲ ਆ ਪਲਾਸੀ ਦਾ ਸਰਾਜੂ ਦੋਲਾ ਜਿਹੜਾ ਹਾਰ ਗਿਆ ਸੀਗਾ ਉਹਦੇ ਚ ਜਿਹੜੀ ਟ੍ਰੈਜੇਰੀ ਹੋਈ ਸੀ ਉਹਦੇ ਕਮਾਂਡਰ ਇਨ ਚੀਫ ਦੀ ਹੋਈ ਸੀ ਉਹਦਾ ਨਾਮ ਮੀਰ ਚਾਪਰ ਸੀ ਮੀਰ ਤਾਸਿਮ ਸੀ ਜਾਂ ਬੇਗਮਹੁਦ ਸੀ ਰਜ਼ਾ ਖਾਨ ਸੀ ਸਰ ਦੇਖੋ ਨਾ ਡਾਇਰੈਕਟ ਕੁਐਸਚਨ ਚਾਈਨੀਜ਼ ਪੀਲੀਗ੍ਰਮ ਚੰਦਰਗੁਪ 2 ਦੇ ਟਾਈਮ ਕੌਣ ਸੀਗਾ ਠੀਕ ਹੈ ਡਾਇਰੈਕਟ ਐਕਸ਼ਨ ਡੇ 1944 ਤੋਂ 47 ਇਵੈਂਟਸ ਕ੍ਰੋਨੋਲੋਜੀਕਲ ਆਰਡਰ ਪੁੱਛ ਲਿਆ ਉਹਨੇ ਜਿਹਨੇ ਮਾਡਰਨ ਹਿਸਟਰੀ ਚੰਗੀ ਤਰ੍ਹਾਂ ਕੀਤੀ ਉਹਨੂੰ ਪਤਾ ਹੈ ਕਿ ਪਹਿਲੇ ਕੀ ਹੋਇਆ ਸੀ ਕਲੀਮੈਂਟ ਐਟਲੀ ਕਦੋਂ ਆਇਆ ਸੀ ਯਾ ਉਹਦੀ ਜਿਹੜੀ ਡੈਡਲਾਈਨ ਸੀਗੀ ਇੰਡੀਅਨ ਇੰਡੀਪੈਂਡੈਂਸ ਦੀ ਕਰਾਂ ਸੀਗੀ ਡਾਇਰੈਕਟ ਐਕਸ਼ਨ ਡੇ ਜਿਹੜਾ ਕਿ ਪਾਕਿਸਤਾਨ ਵਾਸਤੇ ਜਿਹੜਾ ਡੇ ਮਨਾਇਆ ਗਿਆ ਸੀ ਕੋਲਕਾਤਾ ਕਿਲਿੰਗ ਜਿਹਦੇ ਨਾਲ ਜੁੜੀਆਂ ਹੋਈਆਂ ਨੇ ਹੈਨਾ ਔਰ ਇੰਟਰਮ ਗਵਰਨਮੈਂਟ ਜਿਹੜੀ ਹੈ ਜਵਾਲਨ ਉਹਦੇ ਨਾਲ ਕੀ ਹੋਇਆ ਸੀ ਮਾਊਂਟ ਬੈਟਨ ਪਲਾਨ ਕਰਦਾ ਆਈ ਸੀ ਸੋ ਜੇਨੇ ਕ੍ਰੋਨੋਲੋਜੀਕ ਕਰੈਕਟ ਪੜੀ ਹੋਈ ਹੈ ਜਿਹਨੂੰ ਯਾਦ ਹੈ ਉਹਦੇ ਵਾਸਤੇ ਇਸ ਕੁਐਸਚਨ ਨੂੰ ਅਟੈਂਪਟ ਕਰਨਾ ਈਜ਼ੀ ਹੈ ਵਨ ਬਾਈ ਵਨ ਆਪਾਂ ਮੈਂ ਜੀਓਗ੍ਰਾਫੀ ਔਰ ਇਕਨੋਮਿਕਸ ਦਾ ਤੁਹਾਨੂੰ ਪੂਰਾ ਡਿਟੇਲ ਐਨਾਲਿਸਿਸ ਦਵਾਗਾ ਹਰ ਟੀਚਰ ਆਪਣੇ ਆਪਣੀ ਕਲਾ ਜੋ ਸਿਕ ਕੁਐਸ਼ਨ ਦੇਖੋਗੇ ਤੁਹਾਨੂੰ ਸਮਝ ਆ ਜਾਏਗਾ ਕਿ ਤੁਹਾਨੂੰ ਕਿਸ ਲੈਵਲ ਦੀ ਤਿਆਰੀ ਅੱਗੇ ਪੀਪੀਐਸਸੀ ਦਾ ਚਾਹੀਦੀ ਦੇਖੋ دیਵਾਨੇ ਕੋਹੀ ਸਪੈਸ਼ਲ ਡਿਪਾਰਟਮੈਂਟਸ ਮੀਡੀਵਲ ਇੰਡੀਆ ਦਾ ਕੁਐਸ਼ਨ ਹੈ ਜਿਆਦਾ ਸਰ ਦੱਸਣਗੇ دیਵਾਨੇ ਆਮ دیਵਾਨੇ ਕੋਹੀ دیਵਾਨੇ ਬੰਦਗਾਨ ਇਸ ਤਰ੍ਹਾਂ ਜਿਹੜੇ ਸੀਗੇ ਬਹੁਤ ਸਾਰੇ ਜਿਹੜੇ ਡਿਪਾਰਟਮੈਂਟਸ ਬਣਾਏ ਗਏ ਸੀ ਹੈਨਾ ਉਹ ਡਿਪਾਰਟਮੈਂਟਸ ਜਿਹੜੇ ਨੇ ਉਹ ਦੇਖੋ ਇਹ ਮੀਡੀਵਲ ਇੰਡੀਆ ਦਾ ਕੁਐਸ਼ਨ ਹੈ ਇਹ ਮੁਗਲ ਜਿਹੜੀ ਨੇ ਸੁਲਤਾਨਸ ਸੁਲਤਾਨਸ ਦੇ ਟਾਈਮ ਦਾ ਕੁਐਸ਼ਨ ਹੈ ਪਹਿਲੀ ਫੈਕਟਰੀ ਦੇਖੋ ইস্ট ইন্ডিয়ান ਕੰਪਨੀ ਨੂੰ ਪਹਿਲੀ ਫੈਕਟਰੀ ਸੂਰਤ ਜਿਹੜੀ ਸੀਗੀ ਉਹਦਾ ਕਿੰਨੇ ਪਰਮਿਸ਼ਨ ਦਿੱਤਾ ਹਾਂ ਤਾਂ ਇਹ ਬਹੁਤ ਈਜ਼ੀ ਹੈ ਇਥੋਂ ਯਾਨੀ ਹਿਸਟਰੀ ਈਜ਼ੀ ਆ ਕਿਉਂਕਿ ਇਹਦੇ ਵਿੱਚ ਕੋਸ਼ਣ ਬਲੂ ওয়াਟਰ ਪਾਲਿਸੀ ਠੀਕਾ ਦੇ ਵਿੱਚ ਕੌਣ ਲੈ ਕੇ ਆਇਆ ਤੁਸੀਂ ਬਲੂ ওয়াਟਰ ਪਾਲਿਸੀ ਦੇ ਵਿੱਚ ਮਤਲਬ ਪੂਰਾ ਕਹਿੰਦੇ ਸਮੁੰਦਰ ਤੇ ਪੂਰਾ ਇੱਕ ਤਰ੍ਹਾਂ ਦਾ ਅਧਿਕਾਰ ਚ ਮਾ ਲੈਣਾ ਉਹ ਪਾਲਿਸੀ ਆ ਕੌਣ ਲੈ ਕੇ ਆਇਆ ਦੇਖੋ ਜੀ ਪਗੜੀ ਸੰਭਾਲ ਜੱਟਾ ਮੂਵਮੈਂਟ ਤੇ ਸਰਸਵਾਰ ਪਗੜੀ ਸੰਭਾਲ ਜੱਟਾ ਇਹ ਤਾਂ ਮੈਂ ਆਪਣੀ ਪੰਜਾਬ ਜੀਕੇ ਚ ਕਰਵਾਇਆ ਹੋਇਆ ਪਗੜੀ ਸੰਭਾਲ ਜੱਟਾ ਆ ਜਿਹੜੀ ਮੂਵਮੈਂਟ 1907 ਦੇ ਵਿੱਚ ਚੱਲੀ ਸੀ ਜਿਹਨੂੰ ਅਜੀਤ ਸਿੰਘ ਆ ਜਿਹੜੇ ਉਹ ਲੀਡ ਕਰ ਰਹੇ ਸੀ ਔਰ ਉਹਦੇ ਵਿੱਚ ਵੰਕੇ ਦਿਆਲ ਸਾਹਿਬ ਨੇ ਇਹ ਜਿਹੜਾ ਗਾਣਾ ਜਿਹੜਾ ਲਿਖਿਆ ਸੀਗਾ ਤਾਂ ਯਾਨੀ ਜੇ ਆਪਾਂ ਪੰਜਾਬ ਜੀਕੇ ਨੂੰ ਇੱਥੇ ਘਟਾਈਏ ਮਾਈ ਪਾਗੋ ਜਿਹੜਾ ਵਾਰੀਅਰ ਬਿਲੋਂਗਸ ਟੂ ਉਹ ਆ ਕੁਐਸ਼ਨ ਜਦੋਂ ਮੈਂ ਇੱਕ ਵਈ ਕੁਐਸ਼ਨ ਕਰਵਾ ਰਿਆ ਸੀਗਾ ਸਾਰੇ ਪੰਜਾਬ ਜੀਕੇ ਦੇ ਉਹਦੇ ਵਿੱਚ ਕਿਹੜੇ ਕਿਹੜੇ ਪਰਸਨ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਨੇ ਜਿਵੇਂ ਮਾਈ ਭਾਗੋ ਤੋਂ ਕੁਐਸ਼ਨ ਆ ਗਿਆ ਆ ਕਿੱਥੋਂ ਬਿਲੋਂਗ ਕਰਦੇ ਨੇ ਤੋਂ ਆ ਕੁਐਸ਼ਨ ਜਿਹੜੇ ਮੈਂ ਤੁਹਾਨੂੰ ਸਾਰੇ ਕਰਵਾਏ ਹੋਏ ਨੇ ਹੈਨਾ ਅਗਰ ਤੁਸੀਂ ਦੇਖੋਗੇ ਪੁਰਾਣੀਆਂ ਕਲਾਸਾਂ ਸਾਰਾ ਕੁਝ ਲੱਭੇਗਾ ਉਹਦੇ ਵਿੱਚ ਆ ਦੇਖੋ ਜੀ ਆ ਕਿਤਾਬ ਪਿੰਜਰ ਥੋੜੇ ਹੀ ਦਿਨ ਪਹਿਲਾਂ ਮੈਂ ਇਹ ਕਿਤਾਬ ਜਿਹੜੀ ਪਿੰਜਰ ਡਾਇਰੈਕਟ ਕਰਵਾਈ ਸੀ ਅਮ੍ਰਿਤਾ ਪ੍ਰੀਤਮ ਦੀ ਕਿਤਾਬ ਪਿੰਜਰ ਪਰ ਇਹ ਡਾਇਰੈਕਟ ਕਰਵਾਇਆ ਸੀ ਮੋਹਨ ਸਿੰਘ ਤੇ ਜਿਹੜੀ ਕਿਤਾਬ ਕਰਵਾਈ ਹੋਈ ਆ ਤੋ ਯਾਨੀ ਆ ਬੁੱਕਸ ਜਿਹੜੀਆਂ ਜਸਵੰਤ ਸਿੰਘ ਕਨਵਾਲ ਦੀ ਕਿਤਾਬਾਂ ਬਹੁਤ ਵਾਰੀ ਕਰਵਾਈਆਂ ਨੇ ਠੀਕ ਹੈ ਤੇ ਉਹਦੇ ਵਿੱਚੋਂ ਆਹ ਯਾਨੀ ਕਿ ਆਪਣਾ ਲਿਟਰੇਚਰ ਦੇ ਵਿੱਚੋਂ ਆਹ ਕੁਐਸਚਨ ਜਿਹੜਾ ਆਇਆ ਹੋਇਆ ਤੋ ਅੱਗੇ ਆਪਾਂ ਪੰਜਾਬ ਦਾ ਦੇਖੀਏ ਪੰਜਾਬ ਜੀਕੇ ਦੇ ਦੋ ਤੀਸਰਾ ਕੁਐਸਚਨ ਨੇ ਆ ਭਗਤ ਸਿੰਘ ਦੇ ਨਾਲ ਕਿਹੜੇ ਇਹਨਾਂ ਦੇ ਐਸੋਸੀਏਟ ਸੀਗੇ ਠੀਕ ਹੈ ਜਤਿੰਦਰ ਦਾਸ ਸੀਗੇ ਸ਼ਿਵ ਸ਼ਿਵ ਬਰਮਾ ਸੀ ਹੰਗਰ ਸਟ੍ਰਾਈਕ ਦੇ ਦੌਰਾਨ ਹੰਗਰ ਸਟ੍ਰਾਈਕ ਦੇ ਦੌਰਾਨ ਤੋ ਇਹਦੇ ਵਿੱਚ ਵੀ ਬਹੁਤ ਸੌਖਾ ਯਾ ਕੁਐਸਚਨ ਸੀਗਾ ਤੋ ਦੈਟ ਵਾਸ ਦਾ ਈਜ਼ੀ ਉਹਦੇ ਬਾਅਦ ਪੰਜਾਬ ਨੋਟ ਐਗਜ਼ਿਸਟ ਇਹਦੇ ਇਹਨਾਂ ਵਿੱਚੋਂ ਕਿਹੜੀ ਜਗ੍ਹਾ ਜਿਹੜੀ ਪੰਜਾਬ ਦੇ ਵਿੱਚ ਨਹੀਂ ਹਿਸਟੋਰੀਕਲ ਸਾਈਟਸ ਆ ਗਈਆਂ ਹਾਂ ਹਿਸਟੋਰੀਕਲ ਆਮ ਖਾਸ ਬਾਗ ਜਿਹੜਾ ਕਿ ਆਪਣੇ ਕੋਲ ਕਿੱਥੇ ਪੈ ਜਾਂਦਾ ਦੈਟ ਇਜ਼ ਇਨ ਸਰਹਿੰਦ ਹੈ ਨਾ ਉਹਦੇ ਬਾਅਦ ਆ ਗਿਆ ਖੈਰੂਦੀਨ ਮਸਜਿਦ ਇਹ ਵੀ ਆਪਣੀ ਪੰਜਾਬ ਦੇ ਵਿੱਚ ਹੈ ਇਹਦੇ ਵਿੱਚ ਆਨਸਰ ਰੋਹਤਾਸ ਫੋਰਟ ਹੈ ਜਿਹੜਾ ਉਹ ਆਪਣਾ ਆਨਸਰ ਸੀਗਾ ਜਿਹੜੀ ਨਹੀਂ ਹੈ ਆਮ ਖਾਸ ਬਾਗ ਸਰਹਿੰਦ ਦੇ ਵਿੱਚ ਪਾ ਗਿਆ ਖੈਰੂਦੀਨ ਮਸਜਿਦ ਖੈਰੂਦੀਨ ਮਸਜਿਦ ਤੋਂ ਜਿਹੜਾ ਮੈਂ ਦਾ ਲਾਈਵ ਟੈਸਟ ਲਿਆ ਸੀਗਾ ਉਦੇ ਤੋਂ ਮੈਂ ਕੁਐਸਚਨ ਕਰਵਾਇਆ ਸੀਗਾ ਅੰਮ੍ਰਿਤਸਰ ਦੇ ਵਿੱਚ ਮੇਨ ਸੈਂਟਰ ਬਣਾਇਆ ਗਿਆ ਸੀਗਾ 인ਡੀਪੈਂਡੈਂਸ ਮੂਵਮੈਂਟ ਦਾ ਜਿੱਥੋਂ ਦੀ ਖੈਰੂਦੀਨ ਮਸਜਿਦ ਤੋਂ ਜਿਹੜੀ ਇਕੱਠਾ ਜਿਹੜਾ ਲੋਕਾਂ ਦਾ ਇਕੱਠਾ ਕੀਤਾ ਜਾਂਦਾ ਸੀਗਾ ਆਹ ਕੁਐਸਚਨ ਜਿਹੜਾ ਡਾਇਰੈਕਟ ਉੱਥੋਂ ਆਇਆ ਹੋਇਆ ਹੈ ਬੀ ਆਪਸ਼ਨ ਇਥੇ ਆਪਣਾ ਕਰੈਕਟ ਆਨਸਰ ਤੇ ਗਾ ਯਾਨੀ ਜਿਹੜੇ ਬੱਚੇ ਨੇ ਆ ਕਲਾਸਾਂ ਲਗਾਈਆਂ ਉਹ ਹੀ ਪੰਜਾਬ ਜੀ ਕੇ ਦੀਆਂ 100% ਉਹ ਕੁਐਸਚਨ ਕਰ ਸਕਦੇ ਨੇ ਇਨਸਟਰੂਮੈਂਟ ਆਫ ਪੰਜਾਬ ਤੋਂ ਇਹਦੇ ਵਿੱਚੋਂ ਕੱਲਾ-ਗੱਲਾ ਇਨਸਟਰੂਮੈਂਟ ਕਰਵਾਇਆ ਦਿਲਰੂਬਾ ਇਸ ਫੋਟੋਆਂ ਵੀ ਦਿਖਾਈਆਂ ਦਿਲਰੂਬਾ ਕਿਹੜੇ ਗੁਰੂ ਸਾਹਿਬਾਨ ਜੀ ਦੇ ਦੁਆਰਾ ਜਿਹੜਾ ਦਿਲਰੂਬਾ ਬਣਾਇਆ ਗਿਆ ਸੀਗਾ ਫਿਰ ਚਿੰਟਾ ਕੀ ਹੁੰਦਾ ਅਲਗੋਜ਼ੇ ਜਿਹੜਾ ਉਹ ਦਿਖਾਈ ਸੀਗੇ ਇਹਦੇ ਵਿੱਚ ਜਿਹੜਾ ਨਹੀਂ ਆ ਉਹ ਬਿਲਕੁਲ ਤੁਸੀਂ ਕਰੈਕਟ ਹੀ ਮਾਰਕ ਕੀਤਾ ਹੋਇਆ ਕ੍ਰੋਨੋਲੋਜੀਕਲ ਆਰਡਰ ਪੁੱਛਿਆ ਹੋਇਆ ਕਮਿਊਨਲ ਕਮਿਊਨਲ ਅਵਾਰਡ ਜਿਹੜੇ ਕਦੋਂ ਦਿੱਤੇ ਗਏ ਉਹਦੇ ਬਾਅਦ ਸਾਈਮਨ ਕਮਿਸ਼ਨ ਕੈਬਨਿਟ ਔਰ ਵੇਵਲ ਪਲਾਨ ਤੋਂ ਇਹਦੇ ਵਿੱਚ ਆਪਾਂ ਦੇਖੀਏ ਕਿ ਸਾਰਿਆਂ ਨਾਲੋਂ ਪਹਿਲਾਂ ਕਿਹੜਾ ਆ ਔਰ ਕਮਿਊਨਲ ਅਵਾਰਡ ਕਦੋਂ ਦਿੱਤੇ ਗਏ ਹੈਨਾ ਤੋਂ ਬਿਲਕੁਲ ਸਹੀ ਆ ਜਿਹਦਾ ਵੀ ਇਹ ਅਨਸਰ ਆ ਕਿਉਂਕਿ ਇਸ ਤਰ੍ਹਾਂ ਹੀ ਚੱਲਿਆ ਸੀਗਾ ਸਭ ਤੋਂ ਪਹਿਲਾਂ ਸਾਇਮਨ ਅਸਾਈਮਨਟ ਗੋ ਬੈਕ ਹੁੰਦਾ ਫਿਰ ਉਹਦੇ ਬਾਅਦ ਜਿਹੜੀ ਆ 1930 31 32 ਤੇ ਜਿਹੜੀ ਸੀਡੀਐਮ ਚੱਲਦੀ ਆ ਨਾ ਸਿਵਲ ਡਿਸੋਬਿਡੈਂਸ ਮੂਵਮੈਂਟ ਉਹਦੇ ਬਾਅਦ ਜਿਹੜਾ ਹਾਂਜੀ ਆਰਟੀਐਮ ਚੱਲਦੀ ਆ ਹਾਂਜੀ ਤੋਂ ਉਹਦੇ ਬਾਅਦ ਕਮਿਊਨਲ ਵਾਰਡ ਆ ਜਿਹੜੇ ਰਮ ਸੇ ਮੈਕਡੋਨਲ ਜਿਹੜੇ ਆ ਉਹ ਘੋਸ਼ਿਤ ਕਰ ਦਿੰਦੇ 1932 ਦੇ ਵਿੱਚ ਐਣੀ ਆ ਕੁਐਸਚਨ ਸਿੰਪਲ ਸੀਗਾ ਥਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਔਰ ਆਹ ਕੁਸ਼ਨ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਪੰਜਾਬ ਪੇਪਰ ਦੇ ਵਿੱਚ ਪੇਪਰ ਦੇ ਵਿੱਚ ਇਹ ਕੁਸ਼ਨ ਆਂਦਾ ਹੁੰਦਾ ਹੈ ਪੰਜਾਬ ਦਾ ਪਾਕਿਸਤਾਨ ਦੇ ਨਾਲ ਕਿੰਨੇ ਜ਼ਿਲ੍ਹੇ ਜਿਹੜੇ ਬਾਰਡਰ ਸ਼ੇਅਰ ਕਰਦੇ ਪਏ ਨੇ ਕਹਿੰਦਾ 6 ਬਿਲਕੁਲ ਤੁਸੀਂ ਕਰੈਕਟ ਲਿਖਿਆ ਹੋਇਆ ਸਾਰਾ ਕੁਝ ਤੁਹਾਨੂੰ ਬਾਅਦ ਵਿੱਚ ਆਪਾਂ ਦੱਸਾਂਗੇ ਸਿਰਫ ਇਹ ਤੁਹਾਨੂੰ ਹੁਣ ਦੱਸਣ ਦਾ ਇਹ ਮਤਲਬ ਹੈ ਕਿ ਜਿਹੜਾ ਤੁਹਾਨੂੰ ਪੜਾਇਆ ਜਾਂਦਾ ਹੈ ਕਿ ਆ ਸਾਡੇ ਪੜਾਏ ਹੋਏ ਚੋਂ ਪੇਪਰ ਆਂਦਾ ਉਹ ਚੀਜ਼ ਇੱਥੇ ਤੁਹਾਨੂੰ ਦਰਸ਼ਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹ ਕੁਸ਼ਨ ਆ ਗਿਆ ਜੀ ਦੇਖੋ ਇੱਕ ਤੇ ਆ ਗਿਆ ਇਹ ਵਿੰਟਰ ਡੀਜ਼ਲ ਤੋਂ ਆ ਗਿਆ ਕਰੰਟ ਅਫੇਅਰਸ ਤੋਂ ਇਹ ਕੁਐਸਚਨ ਆ ਗਿਆ ਜੀ ਇਹ ਲੇਟੈਸਟ ਮਤਲਬ ਤੁਸੀਂ এনवायरमेंट ਐਂਡ ਇਕੋਲੋਜੀ ਦਾ ਸਵਾਲ ਹੈ ਸਮਝ ਸਕਦੇ ਹੋ ਕਿਉਂਕਿ ਕਰੰਟ ਅਫੇਅਰਸ ਦੇ ਵਿੱਚ ਵੀ ਹੈਗਾ এনवायरमेंट ਇਕੋਲੋਜੀ ਦੇ ਵੀ ਹੈਗਾ ਪਬਲਿਕ ਅਕਾਊਂਟ ਕਮੇਟੀ ਤੇ ਸਵਾਲ ਆ ਗਿਆ ਥੈਟ ਇਜ਼ ਪਬਲਿਕ ਅਕਾਊਂਟ ਕਮੇਟੀ ਦਾ ਮਤਲਬ ਆ ਗਿਆ ਡਾਇਰੈਕਟ ਇਹਦੇ ਬਾਰੇ ਪੂਰਾ ਡਿਟੇਲ ਦੇ ਪੁੱਛਿਆ ਹੋਇਆ ਇਹਦਾ ਮਤਲਬ ਹੈ ਇਹ ਆ ਗਿਆ ਪੋਲਿਟੀ ਪੋਲਿਟੀ ਦੇ ਜਿਹੜੀ ਇੰਡੀਅਨ ਕਮੇਟੀਆਂ ਹੁੰਦੀਆਂ ਨੇ ਪਾਰਲੀਮੈਂਟਰੀ ਕਮੇਟੀਆਂ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਕਮੇਟੀਆਂ ਦੇ ਵਿੱਚੋਂ ਮੰਨਿਆ ਜਾਂਦਾ ਪ ਪੁੱਛਿਆ ਗਿਆ ਉਹਦਾ ਕੀ ਪ੍ਰੋਸੀਜਰ ਹੈ ਕੌਣ ਪਾਸ ਕਰਦਾ ਹੈ ਉਹਦਾ ਜਿਹੜਾ ਸਵਾਲ ਹੈ ਤੁਹਾਡੀ ਸਕਰੀਨ ਤੇ ਹੈ ਔਰ ਉਹ ਵੀ ਵਿਦ 3 ਟੂ 4 ਆਪਸ਼ਨਸ ਐਜ਼ ਆਮ ਸੇਇੰਗ ਜਿਸ ਤਰ੍ਹਾਂ ਯੂ ਪੀ ਐਸ ਸੀ ਕਰਦਾ ਹੈ ਜਾਂ ਪੀ ਪੀ ਐਸ ਸੀ ਦਾ ਪੇਪਰ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਦੇਖੋ ਇਹਦੇ ਬਾਰੇ ਕੀ ਉਹਦੇ ਪ੍ਰੋਵੀਜ਼ਨ ਸੀਗੇ ਉਹਦੇ ਬਾਰੇ ਜਿਹੜਾ ਸਾਰਾ ਡਾਇਰੈਕਟ ਸਵਾਲ ਹੈ ਹਿਸਟਰੀ ਦਾ ਕੁਐਸਚਨ ਹੈ ਔਰ ਇਹ ਜਿਹੜਾ ਹਿਸਟਰੀ ਦਾ ਕੁਐਸਚਨ ਹੈ ਇਹ ਕੌਣ ਕਰਾਏਗਾ ਮਾਨ ਸਰ ਅੱਜ ਜੋ ਇੰਟਰਵਿਊ ਲੈ ਰਹੇ ਨੇ ਬੱਚਿਆਂ ਦਾ ਦੇਖੋ ਸਰ ਦਿਸ ਇਸ ਦਿ ਕੁਐਸਚਨ ਐਂਡ ਸਿੰਪਲ ਐਂਡ ਤੀਸਰੀ ਇਹ ਜਿਹੜਾ 30 ਤਿੰਨ ਦਿਨ ਪਹਿਲੇ ਜਿਹੜੀ ਮੇਰੀ ਕਲਾਸ ਸੀਗੀ ਉਹਦੇ ਵਿੱਚ ਮੈਂ ਆਈਬੀਆਰਡੀ ਆਈਐਫਸੀ ਔਰ ਇਹਦੇ ਵਿੱਚੋਂ ਐਮਆਈਜੀਏ ਮੀਗਾ ਔਰ ਆਈਡੀਆ ਇਹਨਾਂ ਸਾਰਿਆਂ ਨੂੰ ਜਿਹੜਾ ਡਿਸਕਸ ਕੀਤਾ ਸੀ ਵਰਲਡ ਬੈਂਕ ਗਰੁੱਪ ਪੰਜ ਪੰਜ ਵਰਲਡ ਬੈਂਕ ਯੂਨਿਟਸ ਸੀਗੀਆਂ ਆਈਐਮਐਫ ਇੰਟਰਨੈਸ਼ਨਲ ਮਾਨਟਰੀ ਫੰਡ ਇੱਕ ਨੰਬਰ ਪੱਕਾ ਜਿਨ੍ਹਾਂ ਸਟੂਡੈਂਟਸ ਨੇ ਉਹ ਕਲਾਸ ਲਗਾਈ ਹੋਈ ਹੈਗੇ ਪੜਿਆ ਹੋਇਆ ਸੋਖਾ ਵੀ ਹੈਗਾ ਪੇਪਰ ਵਿਚ ਵਿਚ ਸਰ ਦੇਖੋ ਐਸਾ ਯੂਪੀਐਸਸੀ ਦਾ ਹੁੰਦਾ ਕੀ ਹੈ ਅਪ ਟੂ 40% ਕੁਐਸਚਨਸ ਬਹੁਤ ਸੌਖੇ ਦਿੰਦੀ ਹੈ ਹਾਂ ਬਿਲਕੁਲ 40 ਟੂ 60 ਜਿਹੜੇ ਕੁਐਸਚਨਸ ਨੇ 70 ਕੁਐਸਚਨਸ ਨੇ ਉਹ ਤੁਹਾਨੂੰ ਮੋਡਰੇਟ 70% ਆਮ ਸੇਇੰਗ 70% ਮੋਡਰੇਟ ਔਰ 70% ਤੋਂ ਉੱਤੇ ਜਿੱਥੇ ਮੈਰੀ ਡਿਸਾਈਡ ਹੋਣੀ ਹੈ ਉੱਥੇ ਜਿਹੜਾ ਕੁਐਸਚਨ ਹੈ ਪੂਰਾ ਇਸ ਤਰ੍ਹਾਂ ਦਾ ਹੋ ਜਾਏਗਾ ਜਿਹਨੂੰ ਤੁਸੀਂ ਜਿਹੜਾ ਡੀਪ ਨੋਲੇਜ ਹੋਏਗਾ ਜਿਸ ਤਰ੍ਹਾਂ GST ਦਾ ਕੁਐਸਚਨ ਸੀਗਾ ਪਬਲਿਕ ਅਕਾਊਂਟ ਕਮੇਟੀ ਦਾ ਕੁਐਸਚਨ ਆ ਰਿਹਾ ਇਸ ਤਰ੍ਹਾਂ ਦੇ ਕੁਐਸਚਨ ਜਿਦੇ ਵਿੱਚ ਡਿਟੇਲਡ ਨੋਲੇਜ ਆਫ ਆਬਜ਼ਰਵੇਸ਼ਨ ਤੁਹਾਡੀ ਮਤਲਬ ਗਹਿਰਾਈ ਨਾਲ ਡੁਗੀ ਪੜ੍ਹਾਈ ਚ ਨੇ ਕਿਸੇ ਬੱਚੇ ਕੁਝ ਪੁੱਛ ਰਿਹਾ ਇੰਗਲਿਸ਼ ਦੇ ਵਿੱਚ ਨਹੀਂ ਆਉਂਦਾ ਜੀ ਕੋਆਪਰੇਟਿਵ ਦਾ ਜਿਹੜਾ ਵੀ ਪੇਪਰ ਆਉਂਦਾ ਇੰਗਲਿਸ਼ ਦੇ ਵਿੱਚ ਹੀ ਆਉਂਦਾ ਪੰਜਾਬੀ ਦੇ ਵਿੱਚ ਨਹੀਂ ਆਉਂਦਾ ਸਰ ਬੀਪੀਐਸਸੀ ਦਾ ਇੱਕ ਗੱਲ ਬੱਚੇ ਸਮਝ ਲੈਣ ਜਿੰਨੇ ਵੀ ਪੇਪਰ ਹੋ ਰਹੇ ਨੇ ਏ ਤੁਸੀਂ ਇਹ ਨਾ ਸਮਝਿਓ ਕਿ ਬਾਈਲਿੰਗੁਅਲ ਹੋਣਾ ਹੈ ਔਰ ਇਹ ਕੰਪਲਸਰੀ ਹੈ ਕਿ ਬਾਈਲਿੰਗੁਅਲ ਹੋਣਾ ਹੈ لازਮੀ ਨਹੀਂ ਹੈ ਪਿਛਲੀ ਵਾਰੀ ਵੀ ਬੱਚੇ ਸਰ ਜ਼ਿੱਦ ਕਰਦੇ ਸੀ ਕਿ ਸਰ ਸਿਰਫ ਪੰਜਾਬੀ ਦੇ ਵਿੱਚ ਪੜਾਓ ਪੰਜਾਬੀ ਦੇ ਵਿੱਚ ਪੜਾਓ ਮੈਂ ਅਦੋਂ ਵੀ ਕਹਿੰਦਾ ਸੀ ਕਿ ਪੇਪਰ ਜਿਹੜਾ ਹੈ ਉਹ ਪੰਜਾਬੀ ਵਿੱਚ ਨਹੀਂ ਆਊਗਾ ਤੁਸੀਂ ਆਪਣੀ ਸਕਿੱਲਸ ਡਵੈਲਪ ਕਰੋ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਹੌਸ ਲੈਵਲ ਤੇ ਲੈ ਕੇ ਆਓ ਮੇਰੇ ਤੋਂ ਇੰਗਲਿਸ਼ ਜਤੋਂ ਆਪਾਂ ਗੱਲ ਕਰੀਏ ਨਾ ਸਰ ਪੀ ਟ੍ਰਿਪਲ ਐਸ ਬੀ ਦੀ ਜਾਂ ਕੋਈ ਹੋਰ ਪੇਪਰ ਦੀ ਉਦੋਂ ਆਪਾਂ ਕਵਾਂਗੀ ਕਿ ਉੱਥੇ ਵੀ ਸਰ ਕਈ ਵਾਰੀ ਕੀ ਹੁੰਦਾ ਹੈ ਡੁਅਲ ਲੈਂਗੁਏਜ ਨਹੀਂ ਮੈਂ ਇੱਕ ਛੋਟੀ ਜੀ ਜਿਹੜਾ ਪੰਜਾਬ ਕੋਆਪਰੇਟਿਵ ਬੈਂਕ ਦਾ ਪੇਪਰ ਸੀਗਾ ਕੋਆਪਰੇਟਿਵ ਆ ਨਾ ਜਿਹੜਾ ਕੋਆਪਰੇਟਿਵ ਵਰਡ ਤੁਸੀਂ ਸੁਣਦੇ ਹੋ ਤੇ ਕੋਆਪਰੇਟਿਵ ਬੈਂਕ ਦਾ ਹੋ ਜੀ ਕੋਆਪਰੇਟਿਵ ਸੁਸਾਇਟੀ ਦਾ ਹੋਵੇ ਇਹਨਾਂ ਦੀ ਜਿਹੜੀ ਜਿਹੜੀ ਬੁੱਕ ਹੈਗੀ ਆ ਨਾ ਉਹਦੇ ਵਿੱਚ ਕਹਿੰਦੇ ਕਿ ਅੰਗਰੇਜ਼ੀ ਦੀ ਪੇਪਰ ਲੋ ਇਸ ਕਰਕੇ ਕੋਆਪਰੇਟਿਵ ਬੈਂਕ ਦਾ ਪੇਪਰ ਵੀ ਜਿਹੜਾ ਇੰਗਲਿਸ਼ ਦੇ ਵਿੱਚ ਸੀਗਾ ਉਹ ਰਾ ਵੀ ਪੇਪਰ ਆਪਣਾ ਮਾਰਸ਼ਲ ਪਲਾਨ ਜਿਹੜਾ ਹੈ ਵਰਲਡ ਵਾਰ 2 ਦੇ ਡਿਊਰਿੰਗ ਸੀਗਾ ਉਹ ਕਿਹੜੇ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਜਿਹੜਾ ਸੀਗਾ ਇਹਨੂੰ ਉਹ ਲਾਗੂ ਕੀਤਾ ਸੀਗਾ ਫਿਰ ਦੇਖੋ ਹਿਸਟਰੀ ਦਾ ਕੁਸ਼ਨ ਆ ਗਿਆ ਇਹ ਜਿੰਨੇ ਵੀ ਸਾਡੇ ਵਾਇਸ ਰਾਏ ਜਾਂ ਗਵਰਨਰ ਜਨਰਲਸ ਨੇ ਇੱਕ ਪਾਸੇ ਉਹਨਾਂ ਦੇ ਨਾਂ ਦੂਜੇ ਦੂਜੇ ਪਾਸੇ ਉਹਨਾਂ ਦੇ ਦੁਆਰਾ ਲਾਗੂ ਕੀ ਕੀਤੀ ਗਈ ਕਿਹੜੀ ਨੀਤੀ ਹੈ ਦੇਖੋ नाफ्ता आ गया जी नॉर्थ अमेरिकन फ्री ट्रेड एग्रीमेंट वॉज़ न्यू रीप्लेस बाय न्यू एग्रीमेंट इन ट्वेंटी ट्वेंटी ये नवा ज एक एग्रीमेंट से जरा कि मार्क ये आया इंटरनेशनल ऑर्गनाइजेशन तो यह सवाल है राइट right. फिर आ गया थोड़ा सैल्फ़ हेल्प ग्रुप्स तो लेके क्वेश्चन वट इज़ द सैल्फ हेल्प ग्रुप सैल्फ़ हेल्प ग्रुप जो किस तरह <coughs> ਹੁੰਦਾ ਹੈ देन ਇਮੀਗ੍ਰੇਸ਼ਨ ਲਾਜ਼ ਇਨ ਇੰਡੀਆ ਪੰਜਾਬ ਹੈ ਜੀ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਤੇ ਇਮੀਗ੍ਰੇਸ਼ਨ ਲਾਜ਼ ਨੂੰ ਲੈ ਕੇ ਜਿਹੜਾ ਹੈ ਇਹ ਸਾਡਾ ਆ ਗਿਆ ਬੇਸਿਕਲੀ ਫ੍ਰੋਮ ਪੋਲੀਟੀ ਪੋਲੀਟੀ ਦਾ ਜਿਹੜਾ ਪਾਰਟ 2 ਹੈ ਸਿਟੀਜ਼ਨਸ਼ਿਪ ਸਿਟੀਜ਼ਨਸ਼ਿਪ ਤੋਂ ਬਾਅਦ 1955 ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹਦੇ ਤੋਂ ਇਹ ਸਵਾਲ ਜਿਹੜਾ ਹੈ ਉਹ ਪੂਰਾ ਪੁੱਛਿਆ ਗਿਆ ਹੈ ਕਿ ਇਮੀਗ੍ਰੇਸ਼ਨ ਲਾਜ਼ ਦੇ ਅਕੋਰਡਿੰਗਲੀ ਕੌਣ ਹਿੰਦੁਸਤਾਨ ਦਾ ਨਾਗਰਿਕ ਜਿਹੜਾ ਹੈ ਹੋ ਸਕਦਾ ਹੈ ਉਹਦੇ ਜਿਹੜੀ ਕੰਡੀਸ਼ਨਸ ਨੇ ਉਹ ਪੁੱਛੀਆਂ ਜਾਰੀਆਂ ਨੇ ਠੀਕ ਹੈ ਹੁਣ ਦੇਖੋ ਆਈਲੈਂਡਸ ਦੇ ਬਾਰੇ ਡਿਟੇਲ ਆਪਾਂ ਆਈਲੈਂਡ ਗਰੁੱਪਸ ਪੜ੍ਹੇ ਹੋਇਆ ਦੋ ਆਈਲੈਂਡ ਗਰੁੱਪ ਹੈ ਅੰਡਮਾਨ ਨਿਕੋਬਰ ਬਾਅਰ ਔਰ ਲਕਸ਼ਦੀਪ ਗਰੁੱਪਸ ਇਹ ਦੋ ਆਈਲੈਂਡ ਗਰੁੱਪਸ ਹੈ ਇਹਦੇ ਵਿੱਚੋਂ ਦੇਖੋ ਰੌਸ ਆਈਲੈਂਡ ਜਿਹਦਾ ਪਹਿਲੇ ਨਾਮ ਸੀ ਨੇਤਾਜੀ ਸੁਭਾਸ਼ ਚંદ્ર ਬੋਸ ਨੀਲ ਆਈਲੈਂਡ ਸ਼ਹੀਦ ਦੀਪ ਹੈਵਲੋਕ ਆਈਲੈਂਡ ਸੋਰਾਦੀਪ ਔਰ ਬੈਰਨ ਆਈਲੈਂਡ ਇਹ ਤਿੰਨੋਂ ਕਿਉਂ ਪੁੱਛੇ ਗਏ ਨੀਲ ਰੌਸ ਔਰ ਹੈਵਲੋਕ ਕਿਉਂਕਿ ਇਹਨਾਂ ਦੇ ਨਾਮ ਬਦਲੀ ਕੀਤੇ ਗਏ ਸੀ ਨਾਮ ਬਦਲੀ ਕਰਕੇ ਇਹਨਾਂ ਦੀ ਲੈਟੀਟਿਊਡਨਲ ਪੋਜੀਸ਼ਨ ਪੁੱਛੀ ਹੈ ਫਰੋਮ ਸਭ ਤੋਂ ਸੌਦੇ ਵਿੱਚ ਕਿਰਾਏਗਾ ਦੇਖੋ ਐਗਰੀਕਲਚਰਲ ਰੈਵਲੂਸ਼ਨ ਇਹ ਮੇਰੀ ਕਲਾਸ ਸੀਗੀ ਨੈਕਸਟ 5-7 ਦਿਨ ਪਹਿਲੇ ਮੈਂ yellow revolution ਦਾ ਕੁਸ਼ਨ ਪਾਇਆ ਸੀ ਉਹਦੇ ਨਾਲ ਨਾਲ ਮੈਂ ਪੂਰਾ ਡਿਟੇਲ ਡਿਸਕਸ ਕੀਤੀ ਸੀ ਕਿਹੜੀ ਕਿਹੜੀ ਰੈਵੋਲੂਸ਼ਨ ਕਿਹਦੇ ਨਾਲ ਐਸੋਸੀਏਟਡ ਹੈ ਔਰ ਫਾਦਰ ਕੌਣ ਹੈ ਉਸ ਪਾਰਟਿਕੂਲਰ ਰੈਵੋਲੂਸ਼ਨ ਦਾ ਉਹ ਪੂਰੀ ਤੁਸੀਂ ਜੇ ਮੇਰੀ ਪਲੇਲਿਸਟ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਕੁਏਸ਼ਨ ਜਿਹੜਾ ਹੈ ਇਹ ਮੈਂ ਲਗਾਤਾਰ ਪਿਛਲੇ ਪੇਪਰ ਦੇ ਵਿੱਚ ਵੀ ਕਰਵਾਇਆ ਸੀ ਕਿਉਂਕਿ ਰੈਵੋਲੂਸ਼ਨ ਨੂੰ ਲੈ ਕੇ ਜੀਓਗ੍ਰਾਫੀ ਦੇ ਵਿੱਚ ਖਾਸ ਕਰਕੇ ਇਕਨੋਮਿਕ ਪਾਰਟ ਇਕਨੋਮਿਕ ਜੀਓਗ੍ਰਾਫੀ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਇਹ ਕੁਏਸ਼ਨ ਜ਼ਰੂਰ ਆਉਂਦਾ ਤੁਹਾਨੂੰ ਮੈਨਲੀ ਇੱਕ ਚੀਜ਼ ਪਤਾ ਲੱਗਣੀ ਚਾਹੀਦੀ ਹੈ ਕਿ ਜਦੋਂ ਵੀ ਆਪਾਂ ਪੜ੍ਹਨਾ ਹੈ ਜੇ ਤੁਸੀਂ ਪੀਪੀਐਸੀ ਤਿਆਰੀ ਕਰਨ ਬੈਠੇ ਹੋ ਸੀਨੀਅਰ ਅਸਿਸਟੈਂਟ ਦੇਣਾ ਹੈ ਔਰ ਜੇ ਤੁਸੀਂ ਪੀਟ੍ਰੀਪਲ ਐਸਬੀ 'ਚ ਬੈਠੇ ਹੋ ਉਹਦੇ ਕੁਐਸਚਨ ਕਿਸ ਤਰ੍ਹਾਂ ਦੇ ਪੜਨੇ ਨੇ ਨੋਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਪੀਪੀਐਸਸੀ ਚਾਹੀਦਾ ਡੈਪਥ ਨੋਲੇਜ ਉੱਪਰ ਉੱਪਰ ਵਾਲੀ ਜਿਹੜੀ ਨੋਲੇਜ ਹੁੰਦੀ ਹੈ ਉਹਦੇ ਨਾਲ ਪੀਟ੍ਰੀਪਲ ਐਸਬੀ ਨਾਲ ਸਰ ਜਾਂਦਾ ਬਿਲਕੁਲ ਹੁਣ ਦੇਖੋ ਇਹ ਪਾਸਸ ਤੇ ਆ ਗਿਆ ਵਿਚ ਇਸ ਵਾਈਲਡ ਲਾਈਫ ਕੋਰੀਡੋਰ ਕਿਹੜਾ ਬਣਿਆ ਹੈ ਥਿਸ ਇਜ਼ ਅਗੇਨ ਫਰੋਮ ਯੋਰ ਅ ਐਨਵਾਇਰਨਮੈਂਟ ਐਂਡ ਇਕੋਲੋਜੀ ਬੇਸਿਕਲੀ ਕੁਐਸ਼ਨ ਮੰਨਿਆ ਜਾਏਗਾ ਓਜ਼ੋਨ ਲੇਅਰ ਦਾ ਕੁਐਸ਼ਨ ਆ ਗਿਆ ਮੌਨਟਰੀਅਲ ਪ੍ਰੋਟੋਕੋਲ 1987 ਜਿਨੇ ਮੇਰੀ ਐਨਵਾਇਰਨਮੈਂਟ ਐਂਡ ਇਕੋਲੋਜੀ ਦੀ ਕਲਾਸ ਲਗਾਈ ਹੋਏਗੀ ਉਹਨੂੰ ਪਤਾ ਹੋਏਗਾ ਕਿ ਸਟੈਟੋਸਫੀਅਰ ਨੂੰ ਲੈ ਕੇ ਓ ਓਜ਼ੋਨ ਦੀ ਜਿਹੜੀ ਹੈ ਡਿਪਲੇਸ਼ਨ ਨੂੰ ਲੈ ਕੇ ਮੌਨਟਰੀਅਲ ਪ੍ਰੋਟੋਕੋਲ 1987 ਇੰਟਰਨੈਸ਼ਨਲ ਕਨਵੈਨਸ਼ਨ ਹੈ ਜਿਹਨੂੰ ਮੰਨਿਆ ਜਾਂਦਾ ਠੀਕ ਹੈ ਬਰੂ ਗਿਲ ਆ ਐਲਗੇ ਆਰ ਚੀਫਲੀ ਯੂਜ਼ਡ ਆਰ ਚੀਫਲੀ ਯੂਜ਼ਡ ਐਸ ਬਾਇਓ ਫਰਟੀਲਾਈਜ਼ਰ ਸੇ ਆ ਗਿਆ ਜੀ ਸਾਇੰਸ ਵਾਲਿਆਂ ਦਾ ਸਾਇੰਸ ਡਿਪਾਰ ਤੋ ਸਾਇੰਸ ਕਹਿ ਸਕਦੇ ਆ ਕਿ ਇਹ ਆ ਇੱਕ ਤਰ੍ਹਾਂ ਨਾਲ ਸਾਇੰਸ ਵਿਦ ਐਗਰੋਸਾਇੰਸ ਦਾ ਇਹ ਕੁਐਸਚਨ ਹੈ ਹਾਂ ਸਰ ਇਹ ਦੇਖੋ এনवायरमेंट ਐਂਡ ਇਕੋਲੋਜੀ ਪੂਰਾ ਸਪੀਸੀਜ਼ ਬਾਰੇ ਪੁੱਛਿਆ ਜਿਹੜੀ ਹਾਈਲੀ ਕਨੈਕਟਡ ਹੈ ਪੂਰੇ ਫੂਡ ਵੈਬ ਨਾਲ ਐਂਡ ਉਹਦਾ ਲਾਸ ਜਿਹੜਾ ਹੈ ਉਸ ਕਾਰਨ ਇਕੋਸਿਸਟਮ ਜਿਹੜਾ ਪੂਰਾ ਕੋਲਾਪਸ ਹੋ ਸਕਦਾ ਹੈ ਤੋ ਜਿੰਨੇ ਫੂਡ ਵੈਬ ਇਕੋਸਿਸਟਮ ਬਾਇਓਮਸ ਐਂਡ এনवायरमेंट ਐਂਡ ਇਕੋਲੋਜੀ ਦਾ ਕੁਐਸਚਨ ਹੈ ਠੀਕ ਹੈ ਵੈਸਟਰਨ ਘਾਟਸ ਨੂੰ ਕੀ ਕਹਿੰਦੇ ਸਟ੍ਰੈਕਟ ਕੁਐਸਚਨ ਸਹਯਾਦਰੀ ਕਿੰਨੀ ਵਾਰੀ ਦੱਸਿਆ ਹੈ ਮੈਪਸ ਦੇ ਵਿੱਚ ਦੱਸਿਆ ਵੈਸਟਰਨ ਘਾਟਸ ਤੋਂ ਜੀਓਗ੍ਰਾਫੀ ਵੀ ਜਿਹੜੀ ਹੈ ਟ

ਦੇਖੋ ਸਸਟੇਨੇਬਲ ਡਵੈਲਪਮੈਂਟ ਗੋਲਸ ਆ ਗਿਆ ਐਸਡੀਜੀ 2030 ਇਹ ਯੂਨਾਈਟਿਡ ਨੇਸ਼ਨਸ ਡਵੈਲਪਮੈਂਟ ਪ੍ਰੋਗਰਾਮ ਉਹਦੇ ਅਧੀਨ ਆਂਦਾ ਸਸਟੇਨੇਬਲ ਡਵੈਲਪਮੈਂਟ ਗੋਲਸ ਉਹਦੇ ਲਈ ਇੱਕ ਡਾਇਰੈਕਟ ਗੋਲ ਪੁੱਛਿਆ 17 17 ਗੋਲਸ ਨੇ ਸਰ 17 ਗੋਲਸ ਦੇ ਵਿੱਚੋਂ ਉਹਨੇ ਪੁੱਛਿਆ ਕਿ ਮੇਕ ਸਿਟੀਜ਼ ਐਂਡ ਹਿਊਮਨ ਸੈਟਲਮੈਂਟ ਇਨਕਲੂਸਿਵ ਸੇਟ ਰੈਜ਼ੀਲिएंट ਐਂਡ ਸਸਟੇਨੇਬਲ ਇਹ ਕਿਹੜਾ ਨੰਬਰ ਦਾ ਗੋਲ ਹੈ ਤਾਂ ਤੁਸੀਂ ਦੇਖੋ ਜਿੰਨੇ ਉਹ 70 ਦੇ 17 ਗੋਲਸ ਪੜੇ ਹੋਣਗੇ ਉਹੀ ਆਨਸਰ ਕਰ ਸਕਦਾ ਇੱਕ ਦਿਨ ਮੈਂ ਕਲਾਸ ਲੈ ਰਿਹਾ ਸੀਗਾ ਪੰਜਾਬ ਦੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਪੰਜਾਬ ਦਾ ਕਿਹੜੇ ਨੰਬਰ ਗੋਲ ਦੇ ਵਿੱਚ ਪੰਜਾਬ ਦੀ ਕੀ ਰੈਂਕਿੰਗ ਰਹੀ ਉਹਦੇ ਬੱਚੇ ਕੁਛ ਨਾ ਬੋਰ ਹੋਣਾ ਪੈਂਦੇ ਸਰ ਕੀ ਕਰਾਂ ਉਹ ਤੇ ਆ ਜਿਆਦਾ ਡੀਪ ਕਰਵਾਂ ਲਾ ਉਹ ਸਾਡੇ ਪੜਾਉਂਦਾ ਹੀ ਹੁੰਦਾ ਕਿ ਐਵੇਂ ਦੇ ਕੁਛ ਨੰਦੇ ਆ ਉਹ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਸਾਰੇ ਗੋਲ ਦਾ ਸਿਰਿਆ ਸੀ ਉਹਦੇ ਵਿੱਚ ਏਸ਼ੀਅਨ ਵਾਲਾ ਜਿਹੜਾ ਓਸ਼ੀਅਨਸ ਵਾਲਾ ਗੋਲ ਸੀਗਾ ਪੰਜਾਬ 'ਚ ਲਾਗੂ ਨਹੀਂ ਹੁੰਦਾ ਇਹ ਵੀ ਦੱਸਿਆ ਸੀਗਾ ਉਹ ਨੰਬਰ ਪੜਾਉਣ ਦਾ ਮਤਲਬ ਇਹੀ ਸੀਗਾ ਕਿ ਜਦੋਂ ਆਪਾਂ ਐਵੇਂ ਦੇ ਕੁਸ਼ਨ ਦੇਖਦੇ ਆ ਮਤਲਬ ਸਾਡੀ ਜਿਹੜੀ ਨਿਗਾਹ ਇਹ ਹੁੰਦੀ ਹੈ ਕਿ ਐਵੇਂ ਦੇ ਕੁਸ਼ਨ ਕਿਤੇ ਪੁੱਛੇ ਜਾ ਸਕਦੇ ਨੇ ਇਸ ਲਈ ਇਹਨਾਂ ਨੂੰ ਧਿਆਨ 'ਚ ਰੱਖਿਆ ਕਰੋ ओशियानीकरणस तो सर क्वेश्चन आ गया अगेन जोग्राफी तो जोग्राफी भी काफ़ी हर एक सबजैक्ट मैं लग रहा है कि काफी डोमिनेट कर रहा है आ गया जी, तड़ा देखो सर एक आ। मैं गल दसदा जिन्हें भी मैं पंजाब सॉरी पेपर्स देखे ना मैं बच्चों दस दिना इंडिया वेपन सिस्टम मिजाइल प्रोग्राम मिलिट्री एक्सरसाइज मिलिट्री एक्सरसाइज का भी अब मैं लगता कोई ना कोई क्वेश्चन सर जरूर आया होना हाले मैं देखे नहीं कोई पढ़िया मिलिट्री एक्सरसाइज तो लैके आ मिलटरी एक्सरसाइज और ਉਹਦੇ ਨਾਲ ਕਿਉਂਕਿ ਪੰਜਾਬ ਇੱਕ ਬੈਲਟ ਫੋਰਸਸ ਵਾਲੀ ਕਾਮ ਹੈ ਮਾਰਸ਼ਲ ਕਾਮ ਹੈ ਇਸ ਕਾਮ ਨੂੰ ਜਦੋਂ ਵੀ ਇਹਦਾ ਪੇਪਰ ਸੈਟਅਪ ਹੁੰਦਾ ਹੈ ਇੱਕ ਦਾ ਕੁਐਸਚਨ ਔਰ ਹਰ ਪੇਪਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੁਣ ਦੇਖੋ ਇੱਥੇ ਪ੍ਰਿਥਵੀ ਤ੍ਰਿਸ਼ੂਲ ਨਾਗ ਔਰ ਪినాਕਾ ਇਹਨਾਂ ਚਾਰਿਆਂ ਦਾ ਕੀ ਕੀ ਹੈਗਾ ਮਤਲਬ ਪ੍ਰੋਫਾਈਲ ਕੀ ਹੈਗਾ ਇਹ ਚਾਰੋਂ ਮਿਜ਼ਾਈਲਸ ਹੈਗੀਆਂ ਔਰ ਪినాਕਾ ਜਿਹੜੀ ਹੈ ਇਟ ਇਜ਼ ਨਾਟ ਲਾਈਟ ਕੰਬੈਟ 에어 ਕ੍ਰਾਫਟ ਇਹ ਇੱਕ ਮਿਜ਼ਾਈਲ ਹੈਗੀ ਹੈ ਤਾਂ ਇਹਨਾਂ ਵਿੱਚੋਂ ਜਿਹੜਾ ਗਲਤ ਨਾਗ ਐਂਟੀ ਟੈਂਕ ਮਿਜ਼ਾਈਲ ਹੈਗੀ ਹੈ ਮੈਂ ਥੋੜੇ ਦਿਨ ਥਰਡ ਜਨਰੇਸ਼ਨ ਐਂਟੀ ਟੈਂਕ ਥੋੜੇ ਦਿਨ ਪਹਿਲਾਂ ਮੈਂ ਇਹ ਦੱਸ ਰਿਹਾ ਸੀ ਬੱਚਿਆਂ ਨੂੰ ਕਿ ਨਾਗ ਮਿਜ਼ਾਈਲ ਹੈ ਔਰ ਇਹ ਮਿਜ਼ਾਈਲ ਅਗਰ ਹੈਲੀਕਾਪਟਰ ਤੇ ਲਗਾ ਦਿਓ ਬਣ ਜਾਂਦਾ ਹੈਲੀਨਾ ਅਨ ਦੇਖੋ ਜਿਨ੍ਹਾਂ ਨੇ ਕਲਾਸ ਲਗਾਈ ਹੋਗੀ ਇੰਟੀਗ੍ਰੇਟਿਡ ਗਾਈਡਡ ਮਿਸਾਈਲ ਡਿਵੈਲਪਮੈਂਟ ਪ੍ਰੋਗਰਾਮ ਇੰਡੀਆ ਦਾ ਜਾਂ ਮਿਸਾਈਲ ਪ੍ਰੋਗਰਾਮ ਆਫ ਇੰਡੀਆ ਈਵਨ ਕਰੰਟ ਅਫੇਅਰਸ ਵੀ ਕੀਤਾ ਸੀ ਆਪਾਂ ਨਵਾਂ ਸੈਸ਼ਨ ਵੀ ਲੈ ਕੇ ਆਵਾਂਗੇ ਪਿਛਲਾ ਜਿਹੜਾ ਸਰ ਨਾਇਬ ਤਹਿਸੀਲਦਾਰ ਸੀਗਾ ਪ੍ਰਿਥਵੀ ਬਾਰੇ ਪੁੱਛਿਆ ਗਿਆ ਸੀ ਆਰ ਨਾਟ ਪ੍ਰਿਥਵੀ ਬ੍ਰਹਮੋਸ ਇਹ ਜਿਹੜੇ ਕਿ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਵਰਲਡ ਕਲਾਸ ਮਿਜ਼ਾਈਲ ਹੈ ਇੰਡੀਆਰ اور ਰਸ਼ੀਆ ਨੇ ਜੁਆਇੰਟਲੀ ਉਹਨੂੰ ਡਵੈਲਪ ਕੀਤਾ ਬ੍ਰਹਮੋਸ ਬਾਰੇ ਸਵਾਲ ਸੀਗਾ ਇਹਦੇ ਵਿੱਚ ਤੁਸੀਂ ਦੇਖ ਲਓ ਅਗੇਨ ਮਿਜ਼ਾਈਲ ਸਿਸਟਮ ਦੇ ਬਾਰੇ ਆਪਾਂ ਹੁਣ ਅੱਗੇ ਜੋ ਜੋ ਪੜਨਾ ਹੈ ਇਹ ਚੀਜ਼ ਜਦਾ ਹਮੇਸ਼ਾ ਖਿਆਲ ਰੱਖਿਓ ਕਿ ਅੱਜ ਜੀ ਤੁਹਾਡਾ ਅੱਜ ਪੇਪਰ ਮਣਾ ਹੋ ਗਿਆ ਤੇ ਆਪਣੀ ਜਿਹੜੀ ਹਿੰਮਤ ਨਹੀਂ ਹਾਰਨੀ ਹੈਗੀ ਹੌਸਲਾ ਨਹੀਂ ਹਾਰਨਾ ਹੈਗਾ ਕਿਉਂਕਿ ਅੱਗੇ ਆਪਣੇ ਕੋਲ ਐਕਸਾਈਟ ਇਨਸਪੈਕਟਰ ਪਿਆ ਉਹਦਾ ਪੇਪਰ ਤੁਸੀਂ ਕਹੋਗੇ ਸਰ ਇਨਸਪੈਕਟਰ ਦਾ ਪੀਟਰੀ ਪਲਸ ਵੀ ਹੈ ਲੈ ਰਿਆ ਸੋਖਾ ਲੈ ਰਿਆ ਜੀ ਥੋੜਾ ਜਿਹਾ ਪੋਸ ਪੀਪਰ ਦਾ ਲੈਵਲ ਹੋਊਗਾ ਉਸ ਪੀਪਰ ਦਾ ਜੇ ਤੁਸੀਂ ਸੀਨੀਅਰ ਅਸਿਸਟੈਂਟ ਦੀ ਗੱਲ ਕਰੀਓ ਉਹਦਾ ਵੀ ਲੈਵਲ ਹੋਏਗਾ ਤੇ ਜਿਹੜਾ ਇਥੋਂ ਜਿਸ ਕਿਸੇ ਦਾ ਆ ਪੀਪਰ ਮਾੜਾ ਹੋ ਗਿਆ ਤੇ ਹਿੰਮਤ ਨਹੀਂ ਹਾਰਨੀ ਕਿਉਂਕਿ ਅੱਗੇ ਆਪਣੇ ਕੋਲ ਹਲੇ ਮੈਦਾਨ ਦੇ ਜੰਗ ਹੋਰ ਪਏ ਨੇ ਉੱਥੇ ਹਲੇ ਆਪਾਂ ਲੜ ਸਕਦੇ ਆ ਪਰ ਜਦੋਂ ਆਪਾਂ ਹਰ ਵਾਰੀ ਲੜੀਏ ਹਰ ਵਾਰੀ ਹਾਰ ਜੀਏ ਫਿਰ ਉਹ ਤਾਂ ਗੱਲ ਗਲਤ ਹੋ ਗਈ ਨਾ ਠੀਕ ਹੈ ਇੱਕ ਵਾਰੀ ਮਾਰਾ ਹੋਇਆ ਦੋ ਵਾਰੀ ਮਾਰਾ ਹੋਇਆ ਬਟ ਹਰ ਵਾਰੀ ਪੇਪਰ ਮਾਰਾ ਨਹੀਂ ਹੋਣਾ ਚਾਹੀਦਾ ਆਪਣੀ ਜਿਹੜੀ ਸਿਲੈਕਸ਼ਨ ਪੱਕੀ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਕਿ ਕਰਤ ਕਰਤ ਅਭਿਆਸ ਪੂਰੀ ਲਾਈਨ ਕਰ ਤੋ ਸਰ ਕਰਤ ਕਰਤ ਅਭਿਆਸ ਕੇ ਜੜਮਤੀ ਹੋ ਤ ਸੁਜਾਨ ਰਸਰੀ ਆਵਤ ਜਾਤ ਕੇ ਸਿਰ ਪਰ ਪੜਤ ਨਿਸ਼ਾਨ ਐਕਚੁਅਲੀ ਸਰ ਮੈਂ ਬੱਚਿਆਂ ਨੂੰ ਇਹੀ ਕਹਿਣਾ ਸਟਰੈਟਜੀ स्ट्रेटजी इज वेरी वेरी इंपॉर्टेंट फॉर अ पेपर ਤੁਸੀਂ ਸੋਚਦੇ ਹੋ ਕਿ ਮੈਂ ਪੀਪੀਐਸਸੀ ਦੀ ਤਿਆਰੀ ਵੀ ਨਾਲੋਂ ਨਾਲ ਕਰ ਲਾਂਗਾ ਔਰ ਬਾਕੀ ਪੇਪਰਸ ਦੀ ਵੀ ਕਰ ਲਾਂਗਾ ਜਾਂ ਵੀਡੀਓ ਦੀ ਮੇਰੀ ਤਿਆਰੀ ਚੱਲ ਰਹੀ ਹੈ ਤੇ ਮੈਂ ਪੀਪੀਐਸਸੀ ਦੀ ਕਰ ਲਾਂਗਾ ਪੀਟ੍ਰ ਪਲਸ ਵੀ ਦੀ ਮੈਂ ਤਿਆਰੀ ਕਰ ਹੀ ਰਹੇ ਆਂ ਗੀਤ ਪੁੱਛ ਰਹੇ ਨੇ ਕੀ ਇਹ ਪੇਪਰ ਸੋਖਾ ਸੀ ਜਾਂ ਔਖਾ ਸੀ ਗੀਤ ਜੀ ਪੇਪਰ ਜਿਹੜਾ ਮੋਡਰੇਟ ਸੀਗਾ ਮੋਡਰੇਟ 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 ਵੀ ਨਹੀਂ ਕਵਾਂਗੇ ਸੋਖਾ ਵੀ ਨਹੀਂ ਕਵਾਂਗੇ ਅਪਾਏ ਕਹਿ ਸਕਦੇ ਨੇ ਜਿਹੜੇ ਬੱਚੇ ਨੇ ਪੇਪਰ ਪੜਿਆ ਹੋ ਸੀਗਾ ਜਿਨ੍ਹਾਂ ਨੇ ਪੜ ਕੇ ਤਿਆਰੀ ਕਰਕੇ ਪੇਪਰ ਦਿੱਤਾ ਉਹਨਾਂ ਵਾਸਤੇ ਪੇਪਰ ਸੌਖਾ ਸੀਗਾ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਉਹਨਾਂ ਵਾਸਤੇ ਪੇਪਰ ਔਖਾ ਸੀਗਾ ਤੇ ਜਿਹੜੇ ਬੱਚੇ ਅ ਪੜੇ ਨੇ ਠੀਕ ਹੈ ਪਰ ਉੱਥੇ ਜਾ ਕੇ ਭੁੱਲ ਗਏ ਨੇ ਜਾਂ ਕਨਫਿਊਜ਼ਿੰਗ ਕੁਸ਼ਨ ਲੱਗੇ ਨੇ ਉਹਨਾਂ ਵਾਸਤੇ ਥੋੜਾ ਜਿਹਾ ਮੋਡਰੇਟ ਸੀਗਾ ਬਿਲਕੁਲ ਓਵਰਆਲ ਗੱਲ ਕਰ ਲਈਏ ਪੇਪਰ ਮੋਡਰੇਟ ਸੀ ਦੇਖੋ ਸਰ ਸੋਲਰ ਇਕਲਿਪਸ ਉਹਦੇ ਬਾਰੇ ਕਿੰਨਾ ਈਜ਼ੀ ਜਿਹਾ ਬਹੁਤ ਈਜ਼ੀ ਜੀਓਗ੍ਰਾਫੀ ਸਾਰਾ ਜੀਓਗ੍ਰਾਫੀ ਹੈ ਨਾਸਾ ਨਾਸਾ ਦਾ ਨਵਾਂ ਐਕਸੋਮਾਰਸ ਰੋਵਰ 2002 ਠੀਕ ਹੈ ਔਰ ਇਹ ਕਿਸ ਪਰਪਸ ਲਈ ਭੇਜਿਆ ਗਿਆ ਇਹੋ ਜਿਹਾ ਸਵਾਲ ਹੈ ਐਲਪੀਜੀ ਜਿਹੜਾ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ ਔਰ ਕਿਚਨਸ ਠੀਕ ਹੈ ਇਹ ਕਿਹੜੀ ਗੈਸ ਹੁੰਦੀ ਹੈ ਬੜਾ ਸੁੱਖਾ ਬੜਾ ਸੁੱਖਾ ਜਿਹਾ ਕੁਝ ਹੈ ਹਾਂ ਸੋ ਇਹ ਵਿੱਚ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਯੂਪੀਐਸਸੀ ਦੀ ਇੱਕ ਜੇ ਮਤਲਬ ਜਿਹਨੂੰ ਨਹੀਂ ਵੀ ਨਾ ਪਤਾ ਉਹ ਇਹ ਚੀਜ਼ ਸੋਚ ਲੇਗਾ ਕਿ ਐਲਪੀਜੀ ਦੀ ਗੈਸ ਦੀ ਗੱਲ ਕਰ ਰਹੇ ਆ ਠੀਕ ਹੈ ਸਰ ਮੈਂ ਤੁਹਾਨੂੰ ਦੱਸਦਾ ਪੀਪੀਐਸਸੀ ਦੀ ਇੱਕ ਸਟਰੈਟਜੀ ਹੁੰਦੀ ਹੈ 40% ਪੇਪਰ ਸੋਖਾ ਆਏਗਾ which is direct from the आ, books ya news ਉਸ ਤੋਂ ਬਾਅਦ ਜਿਹੜਾ ਅਗਲਾ 30% ਹੈ ਉਹ ਮੋਡਰੇਟ ਲੈਵਲ ਹੋਏਗਾ ਓਵਰਆਲ ਲਾਸਟ 30% ਜਿਹੜਾ ਜਿਹੜਾ ਕਿ ਮੈਰਿਟ ਡਿਸਾਈਡ ਕਰਦਾ ਹੈ ਕਪੀ ਕਰਨਾ ਜੀ ਸਿਵਲ ਇੰਜੀਨੀਅਰਿੰਗ ਦੀ ਜਿਹੜੀ ਵੈਕੈਂਸੀ ਆ ਉਹ ਨਿਕਲਦੀ ਰਹਿੰਦੀ ਆ ਤੂੰ BPSC ਦੀ ਵੈਬਸਾਈਟ ਤੇ ਤੁਸੀਂ ਜਾਉਂਗੇ ਉੱਥੇ ਤੁਹਾਨੂੰ ਕੁਝ ਵੈਕੈਂਸੀਸ ਦੇਖ ਤੁਹਾਨੂੰ ਮਿਲਣਗੇ ਜਿਹੜੀ ਕਿ ਸਿਵਲ ਇੰਜੀਨੀਅਰ ਦੀਆਂ ਹੈਗੀਆਂ ਨਾਲੇ ਤੁਸੀਂ ਐਗਜ਼ਾਮ ਕੇਸਰੀ ਫਾਲੋ ਕਰਦੇ ਰਹਿਣਾ ਇੱਥੇ ਲਗਾਤਾਰ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣਗੀਆਂ ओके कम टू दी रीजनिंग सेक्शन जेड़ा बच्चਿਆਂ ਦਾ ਸਰ ਰਿਵਿਊ ਹੈ दैट दैट इज की रीजनिंग ਜਿਹੜੀ ਸੀ ਸੋਖੀ ਆਈ ਸੀ ਤੋਂ ਜਿਹੜਾ ਮੈਂ ਪਹਿਲਾ ਹੀ ਵੈਨ ਡਾਇਗਰਾਮ ਦੇਖ ਰਹੇ ਆਂ ਇਹ ਬਹੁਤ ਈਜ਼ੀ ਜਿਹਾ ਵੈਨ ਡਾਇਗਰਾਮ ਹੈ ਠੀਕ ਹੈ ਪੈਸੇਂਜਰਸ ਟ੍ਰੇਨ ਬੱਸ ਟੈਕਸੀ ਐਂਡ ਆਟੋ ਰਿਕਸ਼ਾ ਇਹਦਾ ਜਿਹੜਾ ਹੈ ਬੜਾ ਸੋਖਾ ਜਿਹਾ ਰਿਲੇਸ਼ਨ ਜਿਹੜਾ ਤੁਸੀਂ ਬਣਾ ਸਕਦੇ ਹੋ ਸੋ ਵੈਨ ਡਾਇਗਰਾਮ ਇਜ਼ ਨਾਟ ਦੈਟ ਮਚ ਡਿਫਿਕਲਟ ਮੈਂ ਬਾਚੋ ਪੂਰਾ ਡਿਟੇਲ ਆਨਸਰ ਵਨ ਬਾਈ ਵਨ ਕਰਾਂਗਾ ਹਰ ਇੱਕ ਕੁਐਸਚਨ ਕਰਾਂਗਾ ਫਿਰ ਹਾਲ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਕਿ ਕਿਹੜੇ ਕਿਹੜੇ ਕੁਐਸਚਨਸ ਆਏ ਸੀ ਈਜ਼ੀ ਸੀਗੇ ਜਾਂ ਕਿਸ ਲੈਵਲ ਦੇ ਸੀਗੇ ਦੇਖੋ ਬਹੁਤ ਸੋਖੀ ਇੱਕ ਜਿਹੜੀ ਹੈ ਮੈਥਮੈਟਿਕਲ ਆਪਰੇਸ਼ਨਸ ਇਹਨੂੰ ਕਹਿੰਦੇ ਆਪਾਂ ਮੈਥਮੈਟਿਕਲ ਆਪਰੇਸ਼ਨਸ ਤੋਂ ਕੁਐਸਚਨ ਆਇਆ ਹੋਇਆ ਇਸ ਤੋਂ ਸੋਖਾ ਕੁਐਸਚਨ ਐਕਸਪੈਕ ਦੇਖੋ ਜੀ ਨੰਬਰ ਸੀਰੀਜ਼ ਨੰਬਰ ਸੀਰੀਜ਼ ਆਲਵੇਸ ਐਕਸਪੈਕਟਿਡ ਇੱਕਦਾਂ ਕੁਵੈਸਚਨ ਆਂਦਾ ਹੈ ਦੇਖੋ ਕਲੌਕ ਵੌਚ ਗੇਨਸ 5 ਸੈਕਿੰਡਸ ਇਨ 3 ਮਿੰਟਸ ਸੈਟ ਅਪ ਐਟ 7:00 a.m. ਉਹ ਜਿਨ੍ਹਾਂ ਨੇ ਤੇ ਮੇਰਾ ਕਲੌਕ ਫਾਸਟ ਐਂਡ ਸਲੋ ਦਾ ਕਨਸੈਪਟ ਕੀਤਾ ਹੋਇਆ ਉਹਨਾਂ ਵਾਸਤੇ ਕੁਐਸਚਨ ਕਰਨਾ ਸੌਖਾ ਹੈ ਆਦਰਵਾਇਜ਼ ਇਹ ਕਾਫੀ ਟੈਕਨੀਕਲ ਜਿਹੇ ਕੁਐਸਚਨ ਹੈ ਸਭ ਸਾਰੇ ਨਹੀਂ ਕਰ ਸਕਦੇ ਕਿ ਤੁਸੀਂ ਬਿਨਾ ਪੜੇ ਜਾਓਗੇ ਕੁਐਸਚਨ ਹੋ ਜਾਏਗਾ ਐਸਾ ਨਹੀਂ ਹੈ ਕੁਐਸਚਨ ਤਾਂ ਵੈਸੇ ਕੋਈ ਵੀ ਨਹੀਂ ਹੁੰਦਾ ਬਿਨਾ ਪੜੇ ਪਰ ਕਈ ਵਾਰ ਲੱਗ ਜਾਂਦੀ ਹੈ ਗੱਲ ਇੱਥੇ ਨਹੀਂ ਲੱਗ ਸਕਦੀ ਜਿਨ੍ਹਾਂ ਨੇ ਇਹ ਟੈਕਨੀਕ ਸਿੱਖੀ ਹੋਏਗੀ ਸ਼ਾਰਟਕਟ ਸਿੱਖਿਆ ਹੋਏਗਾ ਉਹਦੇ ਵਾਸਤੇ ਕਾਫੀ ਈਜ਼ੀ ਹੋਏਗਾ ਨੈਕਸਟ ਦੇਖੋ ਜੀ 40% ਸਟੂਡੈਂਟਸ ਅਨਰੋਲਡ ਫਾਰ ਮੈਥ ਐਂਡ ਡਾਇਗ੍ਰਾਮ ਬੈਂਡ ਡਾਇਗ੍ਰਾਮ ਸੇਮ ਕੁਐਸਚਨ ਇਹ ਆ ਗਿਆ ਜੀ ਤੁਹਾਡਾ ਰਿਲੇਸ਼ਨਸ਼ਿਪ ਤੋਂ ਕੁਐਸਚਨ ਇੱਕ ਸਟੇਟਮੈਂਟ ਬੇਸਡ ਇਹਨੂੰ ਡਾਇਰੈਕਟ ਕੁਐਸਚਨ ਹੈ ਜਾਂ ਇੰਟਰੋਡਕਟਰੀ ਕੁਐਸਚਨ ਹਾਂ ਇੰਟਰੋਡਕਟਰੀ ਟਾਈਪ ਕੁਐਸਚਨ ਹੈ ਇਹ ਜਿਸ ਬੱਚੇ ਨੇ ਪ੍ਰੈਕਟਿਸ ਕੀਤੀ ਹੈ ਉਹਦੇ ਵਾਸਤੇ ਇਹ ਵਰਦਾਨ ਹੈ ਕਿ ਇਸ ਤਰ੍ਹਾਂ ਦੇ ਕੁਐਸਚਨ ਆ ਰਹੇ ਨੇ ਥੈਨ ਡਿਫਰੈਂਸ ਬੀਟਵੀਨ ਸਪੀਡ ਆਫ ਸੈਕੰਡ ਹੈਂਡ ਕਲੋਕ ਡਿਗਰੀ ਪਰ ਸੈਕੰਡ ਦੇਖੋ ਜੀ ਡਾਇਰੈਕਟ ਸਿੰਪਲ ਜਿਹਾ ਕੁਐਸਚਨ ਆ ਗਿਆ ਕਲੋਕਸ ਤੋਂ ਤੋਂ ਕਲੋਕਸ ਤੋਂ क्लॉक्स एंड कैलेंडर बहुत इंपॉर्टेंट है अगला देखो क्वेश्चन कैलेंडर का ही है फ्राइडे फॉल्स ऑन 7 दिसंबर व्हाट इज द वीक 9th मार्च 2008 ये मेरा जेड़ा स्टूडेंट पढ़या हुआ है उन्हें 10 सेकंड्स के विच ये आंसर करना है इवन क्लॉक्स दे भी 10-10 सेकंड्स -10 वाले क्वेश्चन है जिन्ना ने टेक्निक सही सीखी है जिन्ना ने सही प्रैक्टिस और फॉलो किता हुआ है मैं दी गल करिये मैथ दे विच आ क्वेश्चन प्रॉपर्टी डिवाइड हुई है मतलब एक एक सिंपल जे क्वेश्चन है रेशियो प्रोपोर्शन दे विच है एक बंदे नु टोटल जेडी प्रॉपर्टी है हाफ ऑफ द प्रॉपर्टी जेडी डिवाइड कीती हुई है हैना हाफ जेडी ए नु चलगी 2/3 है जेडी ਰਿਮੇਨਿੰਗ ਜਿਹੜੀ ਆ bc d ਦੇ ਵਿੱਚ ਚਲ ਗਈ ਤੋ ਇਸ ਤਰ੍ਹਾਂ ਕਰਕੇ ਕੁਐਸਚਨ ਹੈਗਾ ਐਂਡ ਰੈਸਟ ਗੋ ਟੂ e f g ਇਕੁਅਲੀ ਦਿਸ ਮਤਲਬ ਰੇਸ਼ਿਓ ਐਂਡ ਪ੍ਰੋਪੋਰਸ਼ਨ ਤੋਂ ਇਹ ਚੈਪਟਰ ਆ ਜਿਹਦੇ ਆਪਾਂ ਆਨਸਰਸ ਔਰ ਵਿਦ ਸੋਲੂਸ਼ਨਸ ਜਿਹੜੇ ਆ ਤੁਹਾਨੂੰ ਸਾਰਾ ਕੁਝ ਜਿਹੜਾ ਪ੍ਰੋਵਾਈਡ ਬਹੁਤ ਜਲਦ ਕਰਵਾ ਰਹੇ ਆ ਤੋ ਅਗਰ ਆਪਾਂ ਨੈਕਸਟ ਕੁਐਸਚਨ ਤੇ ਚਲੀਏ ਨੈਕਸਟ ਕੁਐਸਚਨ ਥੋੜਾ ਘਮਾ ਲਈਏ ਨੈਕਸਟ ਕੁਐਸਚਨ ਚਲੀਏ ਆ ਵੀ ਆਪਣੇ ਕੋਲ ਜਿਹੜਾ ਆਪਨਾ ਜਿਹੜਾ ਕੁਐਸਚਨ ਹੈਗਾ ਮੈਥਸ ਦਾ ਹੀ ਆ ਔਰ ਇਹ ਜਿਹੜਾ ਕੁਐਸਚਨ ਹੈ ਮੈਥ ਦਾ ਇਹਦੇ ਵਿੱਚ ਜਿਹੜੀ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਕੀ ਅ ਦਾ ਐਵਰੇਜ ਹਾਈਟ ਆਫ ਦਾ ਫਾਈਵ ਪੀਪਲ ਐਵਰੇਜ ਤੋਂ ਕੁਐਸਚਨ ਦਿੱਤਾ ਹੋਇਆ ਐਵਰੇਜ ਹਾਈਟ ਜਿਹੜੀ ਹੈ 160 ਸੈਂਟੀਮੀਟਰ ਹੈ 6 ਪਰਸਨ ਜੇ ਦੀ ਕਿ 172 ਆ ਉਹ ਰੂਮ ਦੇ ਵਿੱਚ ਆਇਆ ਤੇ ਅ ਦਾ ਐਵਰੇਜ ਹਾਈਟ ਆਫ ਦਾ 6 ਪੀਪਲ ਇਨ ਦਾ ਰੂਮ ਇਸ ਤੋਂ ਆ ਮੈਂ ਥੋੜੇ ਦਿਨ ਪਹਿਲਾਂ ਹੀ ਲਾਈਵ ਟੈਸਟ ਲਿਆ ਸੀਗਾ ਜਿੱਥੇ ਇੱਥੇ ਐਵਰੇਜ ਹਾਈਟ ਲਿਖਿਆ ਹੋਇਆ ਉੱਥੇ ਮੈਂ ਐਵਰੇਜ weight ਲਿਖਿਆ ਸੀਗਾ ਯਾਨੀ ਕੁਐਸਚਨ ਉਹ ਸੇਮ ਹੈ ਕਿ ਇੱਕ ਨਵੀਂ ਟੀਚਰ ਆਈ ਹੈ ਐਵਰੇਜ weight ਵੱਧ ਗਿਆ ਤਾਂ ਇਹ ਐਵਰੇਜ ਤਾਂ ਇੱਕ ਸਿੰਪਲ ਜਿਹਾ ਕੁਐਸਚਨ ਸੀਗਾ ਏਜ ਆਫ ਦਾ ਮੈਨ ਇਸ 3 ਟਾਈਮਸ ਏਜ ਐਂਡ ਆਫ ਹਿਸ ਸਨ ਅ ਇਹ ਐਕਸ ਵਾਲਾ ਮੈਥਡ ਯੂਜ਼ ਕਰਨ ਦੀ ਜਰੂਰਤ ਨਹੀਂ ਹੁੰਦੀ ਇਹਨੂੰ ਆਪਾਂ ਰੇਸ਼ੋ ਮੈਥਡ ਨਾਲ ਸਿੰਪਲ ਨਾਲ ਕਰਾਂਗੇ ਐਮ ਦੇ ਥੱਲੇ ਤਿੰਨ ਲਿਖਿਆ ਠੀਕ ਹੈ ਸਮ ਆਫ ਦਾ 에ਜਿਸ ਆਫ ਹਿਸ ਟੂ ਸਨਸ ਦੋ ਸਨਸ ਦੀ 에ਜ ਹੈ ਜਿਹੜੀ ਠੀਕ ਹੈ ਉਹਦੇ ਉਹਨੂੰ ਪਾਰਟ ਦੀ ਵੈਲਿਊ ਪਹਿਲਾਂ 21 ਦੇ ਦੇਣੀ ਆ ਬਾਅਦ ਚ 5 ਇਅਰਸ ਲੀਟਰ ਕੀ ਹੋ ਗਿਆ ਡਬਲ ਹੋ ਗਈ ਹਾਂ ਇਹੋ ਜਿਹਾ ਕੁਐਸਚਨ ਤੁਸੀਂ ਬਾਇ 옵ਸ਼ਨਸ ਕਰੋਗੇ ਨਾ ਫਿਰ ਵੀ ਤੁਹਾਨੂੰ इजीली ਪਤਾ ਲੱਗ ਜਾਣਗੇ ਠੀਕ ਹੈ ਕਿਉਂਕਿ ਇਹਦੇ ਵਿੱਚ ਫਾਦਰ ਦੀ ਜਿਹੜੀ 에ਜ ਪੁੱਛਿਆ ਠੀਕ ਹੈ ਅਗਲੇ ਕੁਐਸਚਨ ਤੇ ਆਪਾਂ ਚੱਲੀਏ ਕਿ ਆਹ ਵਾਲਾ ਕੁਐਸਚਨ ਅਗਰ ਦੇਖੀਏ ਪਰਸੈਂਟੇਜ ਚੈਪਟਰ 30% ऑफ द मार्क्स फर्स्ट पेपर ਦੇ ਵਿੱਚ ਆਇਆ ਮਤਲਬ ਪਰਸੈਂਟੇਜ ਚੈਪਟਰ ਤੋਂ ਆਇਆ ਸੋਲੂਸ਼ਨਸ ਜਿਹੜੇ ਇਹਦੇ ਆਪਾਂ ਤੁਹਾਨੂੰ ਬਾਅਦ ਵਿੱਚ ਜਦੋਂ ਸਾਰਾ ਜਸਟ ਇੱਕ ਤੁਹਾਨੂੰ ਓਵਰਵਿਊ ਦੇ ਰਿਹਾ ਕਿ ਪੇਪਰ ਆਪਣਾ ਮੋਡਰੇਟ ਲੈਵਲ ਦਾ ਸੀਗਾ ਇਟ ਵਾਸ ਡੂਏਬਲ ਸਤਿ ਸ਼੍ਰੀ ਅਕਾਲ ਮੀਤਪਾਲ ਠੀਕ ਹੈ ਅ ਅਗਲਾ ਕੋਡਿੰਗ ਡੀਕੋਡਿੰਗ ਡੀਕੋਡਿੰਗ ਹੈ ਠੀਕ ਹੈ ਟਾਈਮ ਨੂੰ ਲੈ ਕੇ ਇਕੁਏਸ਼ਨ ਹੈਗਾ ਥੋੜਾ ਜਿਆ ਐ ਡਿਫਰੈਂਟ ਇਹ ਡਿਫਰੈਂਟ ਕੁਐਸ਼ਨ ਦੇਖਣ ਨੂੰ ਨਜ਼ਰ ਆ ਰਿਹਾ ਇਹ ਬੇਸਿਕਲੀ ਲੋਕੇਸ਼ਨਸ ਤੇ ਹੈ ਡਾਇਰੈਕਸ਼ਨਸ ਫਰੋਮ ए ਠੀਕ ਹੈ different directions hai 30 hours to reach b c and d 59 20 hours and b n c and respective way travel from b 40 hours so statement true hai ye basically direction sense da question hai tusi hours dekh ke nahi tusi hours dekh ke nahi ennu karna tusi direction sense dekh ke distance dekh ke karna hai theek hai ye a ede vich simple da question hai eh aa gaya ji toda math inequality de vich aa gaya inequality reasoning da inequality aa gaya ha hai na ode baad aa question dekhiye te apan time and work da eh question aa gaya ਠੀਕ ਹੈ ਤਾਂ ਇਹ ਟਾਈਮ ਐਂਡ ਵਰਕ ਦਾ ਕੁਸ਼ਨ ਹੈ ਸਿੰਪਲ ਜਿਹਾ ਕੁਸ਼ਨ ਹੈ ਕੋਈ ਇਹਦੇ ਵਿੱਚ ਟਾਈਮ ਐਂਡ ਵਰਕ ਹੀ ਹੈ ਨਾ ਆ ਸਿੰਪਲ ਮੈਥ ਜਿਹੀ ਗੋਸ਼ਨ ਹੈ ਆ ਠੀਕ ਹੈ ਚਲੋ ਜੀ ਅਗਲੇ ਕੁਸ਼ਨ ਤੇ ਚੱਲਦੇ ਹਾਂ ਜੀ ਅਗਲਾ ਆਪਣੇ ਕੋਲ ਜਿਹੜਾ ਕੁਸ਼ਨ ਹੈ ਡਿਫਰੈਂਟ ਟਾਈਪਸ ਮੈਨੂੰ ਲੱਗਦਾ ਸਰ ਇਹਦਾ ਬੜਾ ਸਕੁਅਰ ਕੁਸ਼ਨ ਸੋਖਾ ਸੀਗਾ ਆ ਟੂ ਇਜ਼ੀ ਸਰ ਕੁਸ਼ਨ ਇਹਦਾ ਤਾਂ ਸਿੰਪਲ ਇੱਕ ਫਾਰਮੂਲਾ ਹੈ ਕਿ ਆ ਕਿੰਨੇ ਡੱਬੇ ਬਣੇ ਹੋਏ ਨੇ ਇੱਥੇ ਕਿੰਨੇ ਡੱਬੇ ਇੱਥੇ ਕਿੰਨੇ ਡੱਬੇ ਉਹਨਾਂ ਦਾ ਸਕੁਅਰ ਐਡ ਕਰਕੇ ਕੀਰ ਐਡ ਕਰਕੇ ਆਨਸਰ ਕਰ ਦੇਣਾ ਮਲਟੀਪਲੀਕੇਸ਼ਨ ਆ ਜਾਏਗੀ ਨਾ ਇਹਦੀ ਹਾਂ ਆ ਇੱਥੇ ਮਲਟੀਪਲੀਕੇਸ਼ਨ ਆ ਜਾਈਏਗਾ ਇਹ ਇਹਦੇ ਬਹੁਤ ਸੋਖਾ ਜਿਹਾ ਇਹ ਆ ਗਿਆ ਤੁਹਾਡਾ ਪਾਈਪ ਐਂਡ ਸਿਸਟਮਸ ਦਾ ਸਰ ਕੁਸ਼ਨ ਜਿਹੜਾ ਕਿ ਆਲਵੇਸ ਐਕਸਪੈਕਟਿਡ ਹੁੰਦਾ ਪੇਪਰ ਦੇ ਵਿੱਚ ਇਹ ਤੁਹਾਡਾ ਪਾਈਪਸ ਵਾਲਾ ਕੁਸ਼ਨ ਆ ਗਿਆ ਔਰ ਉਹਦੇ ਬਾਅਦ ਆਪਾਂ ਚੱਲੀਏ ਹਾਂ ਅਡਿਵੀਜ਼ਿਬਿਲਟੀ ਰੂਲ ਤੋਂ ਇਹਦੇ ਵਿੱਚ ਵਾਟ ਲੀਸ ਆ ਮੈਂ ਥੋੜੇ ਦਿਨ ਪਹਿਲਾਂ ਜਿਹੜੇ ਬੱਚਨੇ ਐਸਸੀਐਫ ਐਲਸੀਐਮ ਦੀ ਕਲਾਸਾਂ ਲਗਾਈਆਂ ਹੋਈਆਂ ਨੇ ਖਾਸ ਕਰਕੇ ਜਿਹੜਾ ਮੈਂ ਡੀਪ ਚ ਪੜਾਇਆ ਸੀ ਥੋੜਾ ਪੀੜ ਵਾਲਿਆਂ ਨੂੰ ਪੜਾਇਆ ਸੀਗਾ ਉਹਦੇ ਵਿੱਚ ਲੀਸ ਨੰਬਰ ਜਦੋਂ ਆਪਾਂ ਕੈਲਕੂਲੇਟ ਕਰਨਾ ਜਿਹੜਾ ਕਿ ਇਹਦੇ ਨਾਲ ਕੰਪਲੀਟਲੀ ਡਿਵੀਜ਼ਿਬਲ ਹੋ ਜਾਏ ਬਸ ਸਿੰਪਲ ਜੇ ਅਗਰ ਤੁਸੀਂ ਆਹ ਕੁਸ਼ਣ ਵੈਸੇ ਵੀ ਕਰਨਾ ਹੋਏ ਨਾ ਤਾਂ ਇਹਦੇ ਵਿੱਚ ਚਾਰ ਚੀਜ਼ ਦੇਖ ਲਓ ਕਿ ਤੁਸੀਂ ਇਹਨੂੰ ਡਿਵਾਈਡ ਕਰ ਰਹੇ ਹੋ ਇਹਦਾ ਕਿੱਥੇ ਜਾ ਕੇ ਮਲਟੀਪਲੀਕੇਸ਼ਨ ਹੁੰਦੀ ਹੈ ਲਾਗੇ ਇਹੋ ਜਿਹੇ ਕਿਹੜਾ ਨੰਬਰ ਆਉਂਦਾ ਜਿਹੜਾ ਕੰਪਲੀਟਲੀ ਡਿਵੀਜ਼ੀਬਲ ਹੁੰਦਾ ਐਡ ਕਰ ਦਿਓ ਤੁਹਾਡਾ ਆਨਸਰ ਆ ਜਾਏਗਾ ਠੀਕ ਹੈ ਮਤਲਬ ਆਹ ਕੁਸ਼ਣ ਐਵੇਂ ਨਹੀਂ ਹੁੰਦੇ ਆ ਇੱਕ ਆਪਾਂ ਜਰਨਲ ਕਹਿ ਸਕਦੇ ਆ ਇੱਕ ਅੱਛੇ ਐਪਟੀਟਿਊਡ ਦੇ ਨਾਲ ਵੀ ਇਸ ਕੁਸ਼ਣ ਨੂੰ ਆਪਾਂ ਹੱਲ ਕਰ ਸਕਦੇ ਆ ਟਾਈਮ ਐਂਡ ਵਰਕ ਚੋਂ ਇੱਕ ਕੁਸ਼ਣ ਆਇਆ ਹੋਇਆ ਔਰ ਇਹ ਡਿੱਟੋ ਕੁਸ਼ਣ ਡਿੱਟੋ ਕੁਸ਼ਣ 12 15 20 ਦਿਨ ਦਾ ਕੰਮ ਆ ਏਸੀ ਕੰਮ ਨੂੰ 3 ਦਿਨ ਕਰਦੇ ਨੇ ਉਹਦੇ ਬਾਅਦ ਛੱਡ ਜਾਂਦੇ ਨੇ ਕਿੰਨੇ ਦਿਨਾਂ ਦੇ ਵਿੱਚ ਕੰਮ ਨੂੰ ਖਤਮ ਹੋਏਗਾ ਆ ਮਤਲਬ ਈਜ਼ੀ ਕੁਐਸਚਨ ਦੇ ਵਿੱਚੋਂ ਇਹੇ ਕੁਐਸਚਨ ਆ ਮਤਲਬ ਇਹੋ ਜਿਹੀ ਕੁਐਸਚਨ ਆ ਜਿਹੜੇ ਈਜ਼ੀ ਸੀਗੇ ਓਕੇ 5 ਬੁੱਕਸ ਜਿਹੜੀਆਂ ਟੇਬਲ ਤੇ ਪਈਆਂ ਹੋਈਆਂ ਆ ਏ ਇਸ ਪਲੇਸ ਬਿਲੋ ਸਿੰਪਲ ਪਜ਼ਲ ਐ ਸਰ ਸਿੰਪਲ ਪਜ਼ਲ ਆ ਪਜ਼ਲ ਆ ਗਈ ਇਹ ਸਿੰਪਲ ਨਾ ਹੂੰ ਉਹਦੇ ਬਾਅਦ ਆ ਗਿਆ ਰਮੇਸ਼ ਹੈਜ਼ ਅ 80 ਨੰਬਰ ਆਫ ਮੰਗੇਜ਼ ਠੀਕ ਹੈ ਰੋਟਨ ਅੱਛਾ ਸਰ ਆ ਵਾਲਾ ਜਿਹੜਾ ਕੁਐਸਚਨ ਆ ਨਾ ਇਫ 2 ਮੰਗੇਜ਼ ਵਰ ਰੋਟਨ ਦੈਨ ਦਾ ਰੈਸਟ ਆਫ ਆਈ ਥਿੰਕ ਆਹ ਵਾਲਾ ਕੁਐਸਚਨ ਸੇਮ ਟੂ ਸੇਮ ਪਹਿਲਾਂ ਆਪਾਂ ਕਿਸੇ ਕਲਾਸ ਦੇ ਵਿੱਚ ਕੀਤਾ ਹੋਇਆ ਅਗਰ ਲਗਾਤਾਰ ਤੁਸੀਂ ਜੁੜੇ ਹੋਏ ਹੋ ਆ ਇਸ ਤਰ੍ਹਾਂ ਦਾ ਹੀ ਕੁਐਸਚਨ ਮੈਂ ਕਰਵਾਇਆ ਸੀਗਾ ਮੈਨੂੰ ਲੱਗਦਾ ਸਰ ਇਹ ਆਰਐਸ ਅਕਰਵਾਲ ਦਾ ਕੁਐਸਚਨ ਹੈ ਦੇਖੋ ਸਰ ਕਿੰਨਾ ਲੌਜੀਕਲ ਸੀਕੁਐਂਸ ਆਫ ਅਲਫਾਬੈਟਸ ਇਸ ਤੋਂ ਸੌਖਾ ਤੁਸੀਂ ਪੀਪੀਐਸਸੀ ਦੇ ਵਿੱਚ ਕੀ ਲੱਭੋਗੇ ਕਿ ਲੌਕ ਡੋਰ ਕੀ ਸਵਿਚ ਆਰ ਸਵਿਚ ਆਨ ਇਨ ਯਰ ਰੂਮ ਸਭ ਤੋਂ ਪਹਿਲੇ ਕੀ ਪ੍ਰੋਸੀਜਰ ਫਾਲੋ ਹੁੰਦਾ ਰੈਂਡ ਦੇ ਵਿੱਚ ਕੀ ਹੁੰਦਾ ਮਿਰਰ ਇਮੇਜ ਪੁੱਛੀ ਹੋਈ ਹੈ ਔਰ ਮਿਰਰ ਇਮੇਜ ਦੀ ਪ੍ਰੈਕਟਿਸ ਪਿਛਲੇ ਜਿਹੜੀ ਹੁਣ ਨਵੀਂ ਸੈੱਟ ਚਲੇ ਸੀ ਲਗਾਤਾਰ ਮੈਂ ਤੁਹਾਨੂੰ ਮਿਰਰ ਇਮੇਜ ਦੀ ਤਿਆਰੀ ਕਰਾਈ ਸੀ ਇਹ ਲੈ ਲੋ ਜੀ ਤੁਹਾਡਾ ਜਿਹੜਾ ਜਿੰਨੇ ਕਲਾਸ ਲਗਾਈ ਹੈ ਉਹਦਾ ਫਾਇਦਾ ਹੋ ਗਿਆ ਮਿਰਰ ਇਮੇਜ ਅਗੇਨ ਈਜ਼ੀ ਵੈਰੀ ਈਜ਼ੀ ਐਸ ਪਰ ਇਹਦੇ ਵਿੱਚ ਅ ਅਗਰ ਆ ਕੁਐਸਚਨ ਦੇਖੀਏ ਕਿ ਇਹ ਆਪਾਂ ਕੁਐਸਚਨ 3 ਇੰਡੀਅਨ 3 ਚਾਈਨੀਸ ਦਾ ਗਰੁੱਪ ਹੈ ਆਹਾ ਆਪਾਂ ਜਿਹੜਾ ਕੁਐਸਚਨ ਆਮ ਤੌਰ ਤੇ ਤੁਹਾਨੂੰ ਮੈਂ ਪਰਮਿਊਟੇਸ਼ਨ ਕੰਬੀਨੇਸ਼ਨ ਵਾਲਾ ਜਿਹੜਾ ਪ੍ਰੋਬੈਬਿਲਟੀ ਪਰਮਿਊਟੇਸ਼ਨ ਕੰਬੀਨੇਸ਼ਨ ਕਰਵਾਇਆ ਹੋਇਆ ਹੈ ਉਦੇ ਵਿੱਚੋਂ ਆਹ ਕੁਐਸਚਨ ਜਿਹੜਾ ਆਉਂਦਾ ਠੀਕ ਹੈ ਕਾਫੀ سارے ਬੱਚਿਆਂ ਨੇ ਆਹ ਮੇਰਾ ਪੂਰੇ ਪੂਰੇ ਕਲਾਸਾਂ ਜਿਹੜੀਆਂ ਸਰ ਪਰਮਿਊਟੇਸ਼ਨ ਕੰਬੀਨੇਸ਼ਨ ਦੀਆਂ ਜਿਸ ਆਰਗੇਨਾਈਜੇਸ਼ਨ ਚ ਮੈਂ ਪਹਿਲਾਂ ਸੀਗਾ ਉੱਥੇ ਪਰਮਿਊਟੇਸ਼ਨ ਕੰਬੀਨੇਸ਼ਨ ਦੀਆਂ ਕਿਸੇ ਨੇ ਅੱਜ ਤੱਕ ਮੈਨੂੰ ਲੱਗਦਾ ਜਿੰਨੇ ਵੀ ਕੋਰਸੇ ਕਰਾਉਂਦੇ ਨੇ ਪੇਡ ਦੀ ਗੱਲ ਕਰਦੇ ਆ ਤਿੰਨ ਜਾਂ ਚਾਰ ਲੈਕਚਰ ਕਰਵਾਉਂਦੇ ਨੇ ਤੋਂ ਮੈਨੂੰ ਲੱਗਦਾ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਹੈ ਨਾ ਪਿਛਲੇ ਇੱਕ ਸਾਲ ਤੋਂ ਕੋਈ ਬੱਚਾ ਚੈਲੰਜ ਕਰਕੇ ਇਹ ਨਹੀਂ ਕਹਿ ਸਕਦਾ ਕਿ ਸਰ ਇਹ ਵਾਲਾ ਫਲਾਣਾ ਟੌਪਿਕ ਹੈ ਇਹ ਇਹ ਜਿਹੜਾ ਪੇਪਰ ਦੇ ਵਿੱਚ ਆਇਆ ਹੋਇਆ ਕਿ ਸਰ ਤੁਸੀਂ ਜਿਹੜਾ ਮੇਰਾ ਸਿਲੇਬਸ ਹੈ ਚਾਹੇ ਜੀਓਗ੍ਰਾਫੀ ਹੈ ਚਾਹੇ ਉਹ ਇਕਨੋਮਿਕਸ ਹੈ ਕਿ ਰਿਸ਼ੀ ਸਰ ਨੇ ਇਹ ਟੌਪਿਕ ਜਿਹੜਾ ਹੈ ਇਹ ਸਾਨੂੰ ਪਿਛਲੇ 1 ਸਾਲ ਦੇ ਵਿੱਚ ਕਵਰ ਨਹੀਂ ਕਰਵਾਇਆ ਜੇ ਕੋਈ ਕਹਿ ਸਕਦਾ ਚੈਲੰਜ ਕਰ ਸਕਦਾ ਤਾਂ ਦੇਖ ਲਓ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਜੋ ਵੀ ਪੜਾਇਆ ਹੋਇਆ ਸਾਰਾ ਕੁਝ ਇਸ ਪੇਪਰ ਦੇ ਵਿੱਚ ਹੈ ਪਰਮਿਊਟੇਸ਼ਨ ਕੰਬੀਨੇਸ਼ਨ ਦੀਆਂ 10 ਕਲਾਸਾਂ ਲਗਾਈਆਂ ਸੀ ਮੈਂ 10 ਕਲਾਸਾਂ ਔਰ ਕਲਾਗ-ਕਲਾਗ ਕੁਸ਼ਨ ਪੇਪਰ ਚ 익ਸਪੈਕਟਿਡ ਕੁਸ਼ਨ ਕਿਹੜੀ ਨੇ ਬੇਸਿਕ ਲੈਵਲ ਫਾਊਂਡੇਸ਼ਨ ਤੋਂ ਲੈ ਕੇ ਵਧੀਆ ਕੁਸ਼ਨ ਸਾਰੇ ਕਰਵਾਏ ਸੀ ਉਹਦੇ ਵਿੱਚੋਂ ਹੀ ਆਹ ਕੁਸ਼ਨ ਹੈ ਉਨਾ ਬਾਅਦ ਇੱਥੇ ਚਲੀਏ ਕਿ ਰਨਰ ਇਸ ਕ੍ਰੋਸਿੰਗ 12 ਕਿਲੋਮੀਟਰ ਇਨ ਫਾਰਮ ਸ਼ੀ ਹੈਡ ਕੰਪਲੀਟਡ 80% ਤੋ ਇਹਦੇ ਵਿੱਚ ਥੋੜਾ ਜਿਹਾ ਕੁਐਸਚਨ ਦੇ ਵਿੱਚ ਪਰਸੈਂਟੇਜ ਦਿੱਤੀ ਹੋਈ ਆ ਔਰ ਇਹ ਟਾਈਮ ਸਪੀਡ ਡਿਸਟੈਂਸ ਦਾ ਕੁਐਸਚਨ ਹੈ ਤੇ ਪਰਸੈਂਟੇਜ ਨੂੰ ਥੋੜਾ ਮਿਕਸ ਕਰ ਦਿੱਤਾ ਕੁਝ ਦਿੱਕਤ ਵਾਲੀ ਆ ਜਿਹੜਾ ਕੁਐਸਚਨ ਆ ਗਿਆ ਤੁਹਾਡਾ ਸੀਰੀਜ਼ ਅ ਸੀਰੀਜ਼ ਦੇ ਵਿੱਚੋਂ ਆ ਗਿਆ ਨੰਬਰ ਸੀਰੀਜ਼ ਦੇ ਵਿੱਚੋਂ ਆ ਗਿਆ ਆਈ ਥਿੰਕ ਡਿਫਰੈਂਸ ਹੀ ਲੱਭ ਰਿਹਾ ਇਹਦੇ ਵਿੱਚ 2 4 6 ਹਾਂ ਡਿਫਰੈਂਸ ਕੀ ਹੈ ਜਿਸ ਬੱਚੇ ਨੇ ਕੀਤਾ ਹੋਇਆ ਉਸ ਤਰ੍ਹਾਂ ਹੀ ਕੀਤਾ ਹੋਇਆ ਆ ਮੈਂ ਕੱਲ ਦੀ ਕਲਾਸ ਕਿਸੇ ਨੇ ਕੱਲ ਦੀ ਮੈਥ ਦੀ ਕਲਾਸ ਲਗਾਈ ਮੇਰੀ ਕ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਡੀਆਈ ਕਰਵਾਈ ਸੀ ਆਹੀ ਪੀਆਈ ਵਾਲੀ ਹੀ ਡਾਟਾ ਇੰਟਰਪ੍ਰੀਟੇਸ਼ਨ ਜਿਹੜੀ ਆ ਪਾਈ ਗ੍ਰਾਫ ਵਾਲੀ ਹੀ ਤੁਹਾਨੂੰ ਏਡੀਆਈ ਕਰਵਾਈ ਸੀ ਜਿਹਦੇ ਵਿੱਚ ਬੱਚੇ ਕੁਝ ਐਂਟਰੈਂਸ ਦੇ ਵਿੱਚ ਆ ਆਂਦੇ ਨੇ ਠੀਕ ਹੈ ਤੇ ਉਹ ਡੀਆਈ ਇਹ ਜਿਹੜੀ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਸਮਝਾਈ ਸੀ ਪਰਸੋਂ ਦੀ ਕਲਾਸ ਦੇ ਵਿੱਚ ਡਬਲ ਡੀਆਈ ਕਰਵਾਈ ਸੀ ਜਿਹਦੇ ਵਿੱਚ ਦੋ ਆਪਣੇ ਕੋਲ ਪਾਈ ਚਾਰ ਦਿੱਤੇ ਹੋਏ ਨੇ ਠੀਕ ਹੈ ਲਾਈਵ ਡੈਸ਼ ਦੇਖ ਲਿਓ ਦੋ ਨੰਬਰ ਦੀ ਹੋएगी ਉਥੇ ਆਪਾਂ ਨੂੰ ਐਵੇਂ ਦੀ ਡੀਆਈ ਦੇਖਣ ਨੂੰ ਮਿਲਦੀ ਹੈ ਉਦੋਂ ਵੀ ਮੈਂ ਕਿਹਾ ਸੀਗਾ ਕਿ ਇਸ ਤਰ੍ਹਾਂ ਦੇ ਕੁਸ਼ਨ ਪੇਪਰ ਦੇ ਵਿੱਚ ਆਣਗੇ ਏ ਆ ਗਿਆ ਜੀ ਸਰ ਕੁਸ਼ਨ ਡੀਆਈ ਦੇਖੋ ਜੀ ਸਾਹਮਣੇ ਲੱਭ ਰਹੀ ਹੈ ਇਹ ਸਿੰਪਲ ਇਕੁਏਸ਼ਨ ਹੈ ਫ্রম ਅਲਫਾ ਨੰਮੈਰਿਕ ਕੋਡਿੰਗ ਡੀਕੋਡਿੰਗ ਇਹ ਟਾਪਿਕ ਜਿਹੜਾ ਅਲਫਾਬੈਟਸ ਪਰ ਨੰਬਰ ਉਹਨੇ ਦੇ ਦਿੱਤੇ ਕਿ A ਟੂ Z ਨੰਬਰਿੰਗ ਜਿਸ ਤਰ੍ਹਾਂ ਸਰ ਯਾਦ ਕਰਵਾ ਦਿੱਤੀ ਅਲਫਾ ਨੰਮੈਰਿਕ ਸਿੰਪਲ ਜੀ ਐਚ ਆਈ ਦਾ ਕੋਡ ਦਿੱਤਾ ਹੋਇਆ ਤੇ ਉਹ ਤੁਸੀਂ ਡੀਕੋਡ ਕਰਨਾ ਸੀਗਾ ਬਹੁਤ ਸਿੰਪਲ ਕੁਸ਼ਨ ਔਰ ਇਸ ਡੀਆਈ ਦੀ ਮੈਂ ਇੱਕ ਖਾਸियत ਦੱਸ ਦਵਾਂ ਆਹ ਜਿਹੜੀ ਡੀਆਈ ਹੈ ਤੇ ਵਿੱਚ ਦੋ ਪਾਈ ਚੜ੍ਹ ਦਿੱਤੇ ਹੋਏ ਨੇ ਜਿਹਦੇ ਵਿੱਚ ਇਨਰੋਲਡ ਸਟੂਡੈਂਟ ਦੱਸੇ ਹੋਏ ਨੇ ਤੇ ਦੂਸਰੇ ਪਾਸੇ ਦਿੱਤੇ ਹੋਏ ਨੇ ਪਾਸ ਸਟੂਡੈਂਟ ਯਾਨੀ ਇਨਰੋਲ ਕਿੰਨੇ ਹੋਏ ਤੇ ਪਾਸ ਕਿੰਨੇ ਹੋਏ ਉਹਦੇ ਵਿੱਚ ਦਾ ਜਿਹੜਾ ਗੈਪ ਆ ਉਹ ਫੇਲ ਹੋਣ ਵਾਲੇ ਆ ਉਹਦੇ ਬਿਹਾਫ ਤੇ ਹੀ ਸਾਰੇ ਕੁਐਸਚਨ ਬਣਨਗੇ ਪਾਸ ਇੰਸਟੀਚੂਟ ਤੋਂ ਕਿੰਨੇ ਹੋਏ ਮਤਲਬ ਕੁਐਸਚਨ ਈਜ਼ੀ ਠੀਕ ਹੈ ਔਰ ਜਿਹੜੀ ਵੈਲਿਊਸ ਤੁਸੀਂ ਦੇਖ ਰਹੇ ਹੋ 8.5 ਹੋਗੀ 50 ਹੋਗੀ ਰੇਸ਼ੀਓ ਵੈਲਿਊਸ ਇਹਨਾਂ ਨੂੰ ਪਤਾ ਹੈ ਉਹ ਇਸ ਕੁਐਸਚਨ ਨੂੰ ਬਹੁਤ ਜਲਦੀ ਕਰ ਸਕਦੇ ਆਂ ਅਗਲਾ ਕੁਐਸਚਨ ਦੇਖੀਏ ਡੀਆਈ ਦੇ ਵਿੱਚੋਂ 1 ਤੇ 1 2 2 3 3 ਕੁਐਸਚਨ ਇਸ ਡੀਆਈ ਦੇ ਆਏ ਨੇ ਠੀਕ ਹੈ ਉਦੇ ਬਾਅਦ ਲਾਈਨ ਗ੍ਰਾਫ ਆ ਗਿਆ ਤੋਂ ਲਾਈਨ ਗ੍ਰਾਫ ਵਾਲਾ ਸਿੰਪਲ ਜਿਹਾ ਇਹਦੇ ਵਿੱਚ ਦੋ ਲਾਈਨਾਂ ਇੱਕ ਡਾਟਡਡ ਲਾਈਨਸ ਆ ਸੇਮ ਇੱਕ ਡਾਟਡਡ ਲਾਈਨ ਇੱਕ ਜਿਹੜੀ ਆ ਕੀ ਕਹਿ ਦਿੰਦੇ ਆ ਪਰਮਨੈਂਟ ਲਾਈਨ ਆ ਕੁਐਸ਼ਨ ਮੈਂ ਇੱਕ ਕੁਐਸ਼ਨ ਐਵੇਂ ਦਾ ਕੁਐਸ਼ਨ ਕਰਵਾਇਆ ਸੀਗਾ ਕੰਪਨੀ ਕਿਸੇ ਦੀ ਇਨਵੈਸਟਮੈਂਟ ਆ 2022 ਦੀ ਗੱਲ ਕੀਤੀ ਹੋਈ ਆ ਕਿ 60% ਜ਼ਿਆਦਾ ਪ੍ਰੀਵੀਅਸ ਈਅਰ ਨਾਲੋਂ ਤੋਂ 2022 ਦੀ ਕਿੰਨੇ ਪਰਸੈਂਟ ਹੋਏਗੀ ਇਨਵੈਸਟਮੈਂਟ ਤੋਂ ਇਨਕਮ ਕਿੰਨੇ ਹੋਏਗੀ ਤੋਂ ਆ ਕੁਐਸ਼ਨ ਅਗਰ ਦੇਖਿਆ ਜਾਏ ਥੋੜੀ ਜੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਤੇ ਆਹ ਕੁਸ਼ਣ ਆਪਾਂ इजीली ਕਰ ਸਕਦੇ ਹਾਂ ਪਰ ਛੱਡ ਜੰਨੇ ਆ ਇਹ ਸੋਚ ਕੇ ਕਿ ਪਤਾ ਨਹੀਂ ਆਣੇ ਜਾਂ ਨਹੀਂ ਆਣੇ। ਤੋਂ ਆਹ ਵਾਲਾ ਕੁਸ਼ਣ ਦੇਖੀਏ ਤੋਂ ਆਹ ਆਈ ਥਿੰਕ ਸਰ ਇਹ ਤੁਹਾਡਾ ਪਜ਼ਲ ਦਾ ਕੁਸ਼ਣ ਆ ਗਿਆ। ਕੱਲ ਰਾਤ ਨੂੰ ਬੱਚਿਆਂ ਨੂੰ ਮੈਂ ਕਾਫੀ سارے ਬੱਚਿਆਂ ਨੂੰ ਮੈਂ ਇਹ ਕਿਹਾ ਸੀਗਾ ਡੀਆਈ ਪਜ਼ਲ ਸਿਟਿੰਗ ਅਰੇਂਜਮੈਂਟ ਠੀਕ ਹੈ ਇੱਕ ਦੋ ਚੀਜ਼ਾਂ ਹੋਰ ਦੱਸਾਂ ਹਾਂ ਕੋਆਪਰੇਟਿਵ ਸੋਸਾਇਟੀ ਦੀ ਜਿਹੜੀ ਐਕਟ ਹੈ ਜਿਹੜਾ ਉਹਨੂੰ ਥੋੜਾ ਜਿਹਾ ਗੋ ਥਰੂ ਕਰਕੇ ਚੱਲ ਜਾਓ। ਠੀਕ ਹੈ ਤੇ ਯਾਨੀ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਠੀਕ ਹੈ ਗੋਲ ਫੋਰ ਥਿਸ ਐਕਸਪੋਜੀਸ਼ਨ ਆ ਪਜ਼ਲ ਇਥੇ ਆਈ ਹੋਈ ਹੈ। ਤੋਂ ਆਜ ਆਪਣੇ 120 ਕੁਐਸਚਨ ਸੀਗੇ ਜਿਹਦਾ ਕਿ ਡਿਟੇਲਡ ਸੋਲੂਸ਼ਨ ਨੈਕਸ ਸੈਸ਼ਨ ਦੇ ਵਿੱਚ ਆਪਾਂ ਦਵਾਂਗੇ ਔਰ ਹਰ ਇੱਕ ਕੁਐਸਚਨ ਮੈਂ ਇਹਦਾ ਕੁਐਸਚਨ ਕੈਵੇਂ ਕਰਨਾ ਹੈ ਠੀਕ ਹੈ ਇਹਦਾ ਸੈਸ਼ਨ ਜਿਹੜਾ ਹੁਣ ਆਪਾਂ ਨੈਕਸ ਲਵਾਂਗੇ। ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ? ਸਰ ਅਗਲਾ ਇੱਕ ਚੀਜ਼ ਆ ਦਵਾ ਇੱਕ ਤੁਹਾਨੂੰ ਜਿਹੜਾ ਆਪਾਂ ਸੈਸ਼ਨ ਦਵਾਂਗੇ ਔਰ ਇਸ ਚੈਨਲ ਦੇ ਉੱਤੇ ਯਾਨੀ ਕਿ ਐਗਜ਼ਾਮ ਕੇਸਰੀ ਦੇ ਉੱਤੇ ਤੁਹਾਨੂੰ ਇਸ ਕੁਐਸਚਨ ਦੀ ਸਾਰੀ ਅਨਸਰ ਕੀਜ਼ ਹੈ ਜਿਹੜੀਆਂ ਉਹ ਆਪਾਂ ਅੱਜ ਸ਼ਾਮ ਤੱਕ ਤੁਹਾਨੂੰ ਸਾਰੀਆਂ ਪ੍ਰੋਵਾਈਡ ਕਰਵਾ ਦਾਂਗੇ ਆਪਣੇ ਆਪਣੇ ਅਨਸਰ ਮੈਚ ਕਰ ਲਿਓ ਕਿਹਦੇ ਕਿਹਦੇ ਅਨਸਰ ਮੈਚ ਹੋ ਰਹੇ ਨੇ ਔਰ ਇੱਕ ਨਾ ਛੋਟੀ ਜੀ ਪੋਲ ਹੈ ਜਿਹੜੀ ਉਹ ਹੁਣ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਉਹ ਚੱਲ ਪੇਗੀ ਤੋਂ ਪੋਲ ਦੇ ਵਿੱਚ ਤੁਸੀਂ ਇਹ ਦੱਸਣਾ ਹੈ ਕਿ ਤੁਹਾਡੇ ਕਿੰਨੇ ਕੁਸ਼ਨ ਕਿਸ ਰੇਂਜ ਦੇ ਵਿੱਚ ਪੋਰਸ਼ਨ ਤੁਸੀਂ ਆਪਣੇ ਕੀਤੇ ਅਟੈਂਪਟ ਤੁਸੀਂ ਕਿੰਨੇ ਕੀਤੇ ਠੀਕ ਆ ਪੋਲ ਉਸ ਪੋਲ ਦੇ ਹਿਸਾਬ ਨਾਲ ਇਹ ਪਤਾ ਲੱਗ ਜਾਏਗਾ ਕਿ ਕਿੰਨੇ ਬੱਚਿਆਂ ਦੀ ਅਟੈਂਪਟ ਕਿੰਨੀ ਰਹੀ ਔਰ ਕਿੰਨੇ ਕੀ ਕੱਟ-ਆਫ ਜਾ ਸਕਦੀ ਹੈ ਫਿਰ ਆਪਾਂ ਐਕਸਪੈਕਟਿਡ ਕੱਟ-ਆਫ ਜਿਹੜੀ ਉਹ ਦਵਾਂਗੇ ਹਾਂਜੀ ਸਰ ਬੱਚੋ ਮੇਰੀ ਇੱਕ ਰਿਕੁਐਸਟ ਹੈ ਪੀਪੀਐਸਸੀ ਦਾ ਸਰ ਹੁਣ ਸੈਕਸ਼ਨ ਆਫੀਸਰ ਆ ਰਿਹਾ ਹੈ ਜੀ ਸੈਕਸ਼ਨ ਆਫੀਸਰ ਦਾ ਪੇਪਰ ਹੈ ਜਿਹੜਾ ਪੀਪੀਐਸਸੀ ਦੀ ਹੋਰ ਵੀ ਤਿਆਰੀ ਕਰ ਰਿਹਾ ਹੁਣ ਤੁਸੀਂ ਇਹ ਸਮਝ ਲਓ ਸੀਨੀਅਰ ਅਸਿਸਟੈਂਟ ਆ ਰਿਹਾ ਹੈ ਸੀਨੀਅਰ ਅਸਿਸਟੈਂਟ ਆ ਰਿਹਾ ਹੈ ਤੁਹਾਡਾ ਇਹ ਬਿਲਕੁਲ ਪ੍ਰਯਾਸ ਹੋਣਾ ਚਾਹੀਦਾ ਕਿ ਤੁਹਾਡੀ ਜਿਹੜੀ ਤਿਆਰੀ ਹੈ ਦੈਟ ਸ਼ੁਡ ਬੀ ਬੈਟਰ ਦੈਨ ਦੀ ਅਦਰ ਪੇਪਰ ਜਿੱਦਾਂ ਪੀ ਮੈਨੇ ਕਹਿੰਦਾ ਕਿ ਪੀਪੀਐਸਵੀ ਜਾਂ ਵੀਡੀਓ ਦਾ ਪੇਪਰ ਹੈ ਜਾਂ ਤੁਸ ਤੁਹਾਡਾ ਫੋਰੈਸਟ ਗਾਰਡ ਦਾ ਪੇਪਰ ਹੈ ਔਰ ਖਾਸ ਕਰਕੇ ਪੰਜਾਬ ਪੁਲਿਸ ਦੇ ਉਹਨਾਂ ਪੇਪਰ ਆਨੇ ਇਹਨਾਂ ਦਾ ਲੈਵਲ ਜਾਂ ਪੇਪਰ ਲੈਵਲ ਨਹੀਂ ਆਪਾਂ ਡਿਸਾਈਡ ਕਰਾਂਗੇ ਇਹਨਾਂ ਦਾ ਪੇਪਰ ਦਾ ਪੈਟਰਨ ਜਾਂ ਤਰੀਕਾ ਡਿਫਰੈਂਟ ਹੈ ਇਹਨਾਂ ਦੇ ਟੌਪਿਕਸ ਨੂੰ ਪੜਨਾ ਜਿਹੜਾ ਹੈ ਸਮਝਣਾ ਡਿਫਰੈਂਟ ਤਰੀਕੇ ਨਾਲ ਹੁੰਦਾ ਹੈ ਜਿਹੜਾ ਪੀਪੀਐਸਸੀ ਦਾ ਸਿਲੇਬਸ ਹੈ ਜਾਂ ਪੈਟਰਨ ਹੈ ਉਹਦਾ ਪੜਾਈ ਔਰ ਉਹਦੀ ਤਿਆਰੀ 올 ਟੂਗੇਦਰ ਡਿਫਰੈਂਟ ਹੁੰਦੀ ਹੈ ਜਿਹੜਾ ਇਹਨੂੰ ਮਿਕਸ ਕਰਕੇ ਕਰ ਰਿਹਾ ਉਹਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੇ ਵਿੱਚ ਕਮੀ ਪੇਸ਼ੀ ਸਰ ਰਹਿ ਜਾਏਗੀ ਸੋ ਬੀ ਫੋਕਸਡ ਜਿੱਥੇ ਵੀ ਪੜਨਾ ਹੈ ਜਿੱਥੇ ਮਰਜ਼ੀ ਪੜੋ ਹਰ ਟੀਚਰ ਵਧੀਆ ਹੁੰਦਾ ਆਪਣੀ ਤਰਫੋਂ ਪ੍ਰਯਾਸ ਕਰਦਾ ਜਿੱਥੇ ਮਰਜ਼ੀ ਤੁਸੀਂ ਪੜੋ ਬਟ ਰੈਗੂਲਰਲੀ ਰੈਗੂਲਰਿਟੀ ਦੇ ਨਾਲ ਇੱਕ ਟੀਚਰ ਦੇ ਕਨਸੈਪਟਸ ਨੂੰ ਫੋਲੋ ਕਰੋ ਇੱਕ ਸਬਜੈਕਟ ਪਾਰਟਿਕੂਲਰ ਫੋਲੋ ਕਰੋ ਉਹਦੇ ਨੋਟਸ ਬਣਾਓ ਉਹਦੀ ਤਿਆਰੀ ਰੱਖੋ ਪ੍ਰੀਵੀਅਸ ইয়ার ਪੇਪਰਸ ਦੇ ਨਾਲ ਜਿਹੜਾ ਹੈ ਕੰਸਰਨ ਹੋ ਕੇ ਉਹਦੀ ਤਿਆਰੀ ਕਰੋ ਉਹ ਵੀ ਤੁਸੀਂ ਪੜਦੇ ਹੋ ਨਾ ਪੁਰਾਣੇ ਪੇਪਰ ਜੂਲ ਸਾਹਮਣੇ ਰੱਖਿਆ ਕਰੋ ਪੀਪੀਐਸੀ ਤਿਆਰੀ ਕਰ ਰਹੇ ਸੀ ਜਦੋਂ ਸਰ ਟਾਪਿਕ ਪਿਆਰ ਹੋ ਗਿਆ ਇਹ ਹੀ ਡੀਆਈਸ ਕਰਵਾਈਆਂ ਪੁਰਾਣੇ ਪੇਪਰਾਂ ਚੋਂ ਹੀ ਲੈ ਕੇ ਆਇਆ ਸੀਗਾ ਤਾਂ ਉਸ ਜਦੋਂ ਉਸ ਪੈਟਰਨ ਦੇ ਅਕੋਰਡਿੰਗਲੀ ਪੜ ਰਹੇ ਹੈ ਨਾ ਤੋਂ ਐਗਜ਼ਾਮੀਨਰ ਹਰ ਇੱਕ ਬੋਰਡ ਦਾ ਇੱਕ ਨਾ ਫੰਡਾ ਹੁੰਦਾ ਕਿ ਕਿਸ ਤਰ੍ਹਾਂ ਦਾ ਪੇਪਰ ਹੁੰਦਾ ਹੈ ਨਾ ਟੀਨ ਤਾਂ ਉਹੀ ਹੈ ਉਹਨੇ ਹਰ ਸਾਲ ਉਹੀ ਪੇਪਰ ਸੈੱਟ ਕਰਨੇ ਆ ਉਹ ਉਸੇ ਹਿਸਾਬ ਨਾਲ ਪੇਪਰ ਹਰ ਵਾਰੀ ਸੈੱਟ ਹੁੰਦੇ ਨੇ ਤੋਂ ਉਸੇ ਹਿਸਾਬ ਨਾਲ ਪੜਿਆ ਕਰੋ ਓਵਰਆਲ ਰੀਜ਼ਨਿੰਗ ਵਾਸ ਵੈਰੀ ਈਜ਼ੀ ਇਸ ਇਵਨਿੰਗ ਕਮਾਂਗਾ ਵੈਰੀ ਈਜ਼ੀ ਸਰ ਹਾਊ ਵਾਸ ਮੈਥ ਮੈਥ ਈਜ਼ੀ ਸੀਗਾ 이지 हां डीआई जेड़ा ओ इजी सी हां करंट अफेयर्स जेडी जिन्ना ने जिन्ने पढ़े करंट अफेयर्स ਦੇ ਵਿੱਚ ਪਤਾ ਕੀ ਹੁੰਦਾ ਹੈ करंट अफेयर्स ਦੇ ਵਿੱਚ ਹੁੰਦਾ ਹੈ ਕੀ करंट अफेयर्स ਬਹੁਤ ਸਾਰੇ ਹੁੰਦੇ ਨੇ ਹੈਨਾ करंट अफेयर्स ਚ ਹੁੰਦਾ ਹੈ ਕੁਝ ਪੜਿਆਂ ਦੇ ਵਿੱਚੋਂ ਆ ਜਾਂਦੇ ਨੇ ਕੁਝ ਪੜਿਆਂ ਦੇ ਵਿੱਚੋਂ ਨਹੀਂ ਆਉਂਦੇ करंट अफेयर्स ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਨੇ ਆ ਜੀ ਮੋਸਟ ਇੰਪੋਰਟੈਂਟ ਹਾਂ ਹੁੰਦੇ ਵੀ ਕਈ ਵਾਰੀ ਮੋਸਟ ਇੰਪੋਰਟੈਂਟ ਬਟ ਕਦੇ ਕਦੇ ਕੀ ਹੁੰਦਾ ਹੈ ਐਗਜ਼ਾਮੀਨਰ ਪੀਪੀਐਸਸੀ ਲੈਵਲ ਹੋ ਗਿਆ ਪੀਸੀਐਸ ਹੋ ਗਿਆ ਉਹ ਕੀ ਕਰਦਾ ਹੈ ਕਿ ਮੋਸਟ ਇੰਪੋਰਟੈਂਟ ਨੂੰ ਪਕੜ ਕੇ ਇਨ ਡੈਪਥ ਚਲਾ ਜਾਂਦਾ ਹੈ ਤੋ ਜਿਹੜਾ ਪੀਪੀਐਸਸੀ ਲਈ ਜਿਹੜਾ ਬੱਚਾ ਤਿਆਰ ਕਰ ਰਿਹਾ ਉਹਨੂੰ ਸਿਰਫ ਇਹ ਚੀਜ਼ ਸਮਝ ਨਹੀਂ ਬੇਗੀ ਕਿ ਉਹਨੂੰ ਕਰੰਟ ਅਫੀਅਰਸ ਇਨ ਡੈਪਥ ਪੜ੍ਹਨੇ ਪੈਣਗੇ ਜਿੱਥੋਂ ਤੁਸੀਂ ਦੋੜਦੇ ਹੋ ਹਨ ਪਿਛਲੇ ਨੈਪ ਤਸੀਲਦਾਰ ਤੇ ਜੋ ਮੈਂ ਜਿਹੜੀ ਕਲਾਸ ਅਰੇਂਜ ਕੀਤੀ ਸੀ ਜਿਹਦੇ ਵਿੱਚ ਸਾਰੇ ਕੁਐਸਚਨਸ ਇਸ ਤਰ੍ਹਾਂ ਦੇ ਬਣਾਏ ਸੀ ਮੈਂ ਕਰੰਟ ਅਫੇਅਰ ਦੇ ਆਪਸ਼ਨਸ ਦਿੱਤੀਆਂ ਹੋਈਆਂ ਸੀ ਉਦੋਂ ਬੱਚਿਆਂ ਨੇ ਹੋ ਗਿਆ ਸਰ ਨਹੀਂ ਸਰ ਬਹੁਤ ਔਖਾ ਹੋ ਗਿਆ ਠੀਕ ਹੈ ਤੋ ਆਪਾਂ ਜਿਹੜਾ ਕਰਾਨੇ ਆ ਤੋ ਤੁਸੀਂ ਇਹਨੂੰ ਸਮਝਿਆ ਕਰੋ ਕਿ ਐਸ ਪਰ ਦਾ ਪੈਟਰਨ ਜਿਹੜਾ ਜਿਹੜਾ ਹਾਨੂੰ ਵੀ ਚੱਲਣਾ ਪੈਂਦਾ ਸਰ ਬਹੁਤ ਰਿਸਰਚ ਹੁੰਦੀ ਹੈ ਜਦੋਂ ਮੈਂ ਕਲਾਸਿਸ ਲੰਨਾ ਹੈ ਮ ਪ੍ਰੀਵੀਅਸ ਈਅਰ ਪੈਟਰਨਸ ਪੇਪਰਸ ਦੇਖ ਕੇ ਹੀ ਤੁਹਾਨੂੰ ਕੁਐਸਚਨ ਜਿਹੜੇ ਨੇ ਜਿਹੜਾ ਕਿ ਸਾਡੇ ਐਮਸੀਕਿਊ ਪ੍ਰੈਕਟਿਸ ਹੁੰਦੀ ਹੈ ਪੇਡ ਕਲਾਸਿਸ ਦੇ ਵਿੱਚ ਵੀ ਪੜਾਇਆ ਜਾਇਆ ਗਿਆ ਸੀ ਉਹ ਸਾਰਾ ਬਹੁਤ ਸਟੱਡੀ ਕਰਕੇ ਪੜਾਇਆ ਗਿਆ ਸੀ ਕਿਹੜਾ ਟੌਪਿਕ ਪਿਕ ਕਰਨਾ ਹੈ ਕਿਹਸ ਟੌਪਿਕ ਤੋਂ ਹਾਈ ਪ੍ਰੋਬੈਬਿਲਿਟੀ ਹੈ ਕਿ ਕੁਐਸਚਨ ਆਣਗੇ ਔਰ ਹੁਣ ਮੈਨੂੰ ਲੱਗਦਾ ਹੈ ਕਿ ਜਿੰਨ ਬੱਚੇ ਸਹੀ ਢੰਗ ਨਾਲ ਉਹ ਫੋਲੋ ਕੀਤਾ ਹੋਏਗਾ ਉਹ ਉਹਨਾਂ ਨੂੰ ਬੈਨੀਫਿਟ ਜ਼ਰੂਰ ਹੋਇਆ ਹੋਏਗਾ ਔਰ ਸਿਮਿਲਰਲੀ ਆਈ ਊਡ ਕੰਸੀਡਰ ਦਿਸ ਪੇਪਰ ਟੂ ਬੀ ਮੋਡਰੇਟ ਲੈਵਲ ਈਜ਼ੀ ਲੈਵਲ ਤੇ ਨਹੀਂ ਜਾਊਂਗਾ ਹਾਂ ਜਿਨਾ ਦਾ ਮੈਥ ਲਗਭਗ 90% ਤੋਂ ਉੱਤੇ கரੈਕਟ ਅਟੈਂਪਟ ਜਿਨ੍ਹਾਂ ਦਾ ਇਸ ਇਸ ਸੈਕਸ਼ਨ ਦੇ ਵਿੱਚ ਹੈ ਰੀਜ਼ਨਿੰਗ ਔਰ ਮੈਥ ਦੇ ਵਿੱਚ ਜੇ ਉਹਨਾਂ ਦਾ ਥੋੜਾ ਹਲਕਾ ਫੁਲਕਾ ਜਿਹੜਾ ਜਿਹਨੂੰ ਕਹਿੰਦੇ ਆਪਣਾ ਜਨਰਲ ਅਵੇਅਰਨੈਸ ਦਾ ਸੈਕਸ਼ਨ ਹੈ ਜੀਕੇ ਦਾ ਸੈਕਸ਼ਨ ਥੋੜਾ ਹਿੱਲਿਆ ਡੁੱਲਿਆ ਵੀ ਹੈ ਤਾਂ ਉਹਨਾਂ ਨੂੰ ਘਬਰਾਣ ਦੀ ਲੋੜ ਨਹੀਂ ਹੈ ਲੇਕਿਨ ਜਿਨ੍ਹਾਂ ਦਾ ਜੀਕੇ ਸੈਕਸ਼ਨ ਹਿੱਲਿਆ ਹੋਇਆ ਔਰ ਇਹ ਰੀਜ਼ਨਿੰਗ ਔਰ ਕੁਆਂਟ ਵੀ ਹਿਲ ਗਿਆ ਹੈ ਉਹਨਾਂ ਨੂੰ ਦੁਬਾਰਾ ਤਿਆਰੀ ਜਿਹੜੀ ਹੈ ਉਹ ਸ਼ੁਰੂ ਤਿਆਰੀ ਤਾਂ ਹਰ ਬੱਚੇ ਨੇ ਕਰਨੀ ਹੈ ਪਰ ਉਹਨਾਂ ਨੂੰ ਆਪਣਾ ਸਵੋਟ ਅਨਲਿਸਿਸ ਕਿ ਕਿੱਥੇ ਸਟਰੈਂਥ ਰਹੀ ਕਿੱਥੇ ਵੀਕਨੈਸ ਰਹੀ ਕਿੱਥੇ ਓਪਰਚ्युनिटीज ਸੀਗੀਆਂ ਕਿੱਥੇ ਥ੍ਰੈਟ ਸੀਗੀ ਉਹਨਾਂ ਨੂੰ ਥ੍ਰੈਟ ਇਨ ਦਾ ਸੈਂਸ ਕਿ ਕਿੱਥੇ ਉਹਨਾਂ ਨੂੰ ਹੋਰ ਪੁਸ਼ ਕਰਨ ਦੀ ਜ਼ਰੂਰਤ ਹੈ ਉਹ ਜ਼ਰੂਰ ਕਰਨਾ ਸਟੂਡੈਂਟਸ ਨੇ ਇਹ ਪੇਪਰ ਦਾ ਅਨਲਿਸਿਸ ਦਾ ਮਕਸਦ ਇਹੀ ਹੈ ਬਾਕੀ ਵਿਦ ਡਿਟੇਲ ਸੋਲੂਸ਼ਨਸ ਆਪਾਂ ਇਹਨੂੰ ਲੈ ਕੇ ਆਵਾਂਗੇ ਹਰ ਇੱਕ ਕੁਐਸਚਨ ਨੂੰ ਅਨਲਾਈਜ਼ ਕਰਾਂਗੇ ਕਿ ਸਟਾਪਿਕ ਤੋਂ ਚੱਕਿਆ ਗਿਆ ਕੀ ਮਕਸਦ ਸੀਗਾ ਐਗਜ਼ਾਮੀਨਰ ਦਾ ਕਿ ਆ ਉਹ ਕਰੰਟ ਕਿਸੇ ਨਿਊਜ਼ ਦੇ ਵਿੱਚੋਂ ਟਾਪਿਕ ਸੀਗਾ ਜਾਂ ਨਹੀਂ ਸੀਗਾ ਇਹ ਸਾਰਾ ਆਪਾਂ ਡਿਸਕਸ ਕਰਾਂਗੇ ਠੀਕ ਸਰ ਸੋ ओके दैट्स ऑल फ्रॉम माय साइड ऑल पेपराली बेस्ट ऑफ लक ਜਿਹੜੇ ਵੀ ਬੱਚਿਆਂ ਦਾ ਔਰ ਮੈਂ ਛੋਟੀ ਜਿਹੀ ਇੱਕ ਅਨਾਉਂਸਮੈਂਟ ਇਥੇ ਕਰ ਜਣਾ ਕਿ ਆਪਾਂ ਵੀਡੀਓ ਦਾ ਯਾਨੀ ਕਿ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਦਾ ਕ੍ਰੈਸ਼ ਕੋਰਸ ਜਿਹੜਾ ਲਾਂਚ ਕਰ ਰਹੇ ਆਂ ਔਰ ਇਹ ਪੰਜਾਬੀ ਦੇ ਵਿੱਚ ਵੀ ਹੋਊਗਾ ਮਤਲਬ ਇੰਗਲਿਸ਼ ਦੇ ਨਾਲ ਪੰਜਾਬੀ ਦੇ ਵਿੱਚ ਵੀ ਹੋਊਗਾ ਹਾਂ ਤੋ ਥਿਸ ਇਜ਼ ਫੋਰ ਦਾ ਪੰਜਾਬ ਸਟੂਡੈਂਟਸ ਹੈਨਾ ਵੀਡੀਓ ਫੋਰ ਦਾ ਪੰਜਾਬ ਸਟੂਡੈਂਟਸ ਹਾਂ ਤੋ ਉਹਦੇ ਬਾਅਦ ਪੰਜਾਬ ਪੁਲਿਸ ਦਾ ਜਿਹੜਾ ਐਗਜ਼ਾਮ ਹੋਏਗਾ ਉਹਨੂੰ ਵੀ ਆਪਾਂ ਜਿਹੜਾ ਟਾਰਗੇਟ ਕਰਾਂਗੇ ਸਬ ਇਨਸਪੈਕਟਰ ਦਾ ਤੁਹਾਡਾ ਪੇਪਰ ਆਣਾ ਉਹਦੇ ਨਾਲ ਨਾਲ ਐਕਸਾਈਜ਼ ਇਨਸਪੈਕਟਰ ਔਰ ਸੀਨੀਅਰ ਅਸਿਸਟੈਂਟ ਤੋਂ ਸੀਨੀਅਰ ਅਸਿਸਟੈਂਟ ਦਾ ਜਿਹੜਾ ਹੁਣ ਜਿਹੜੀ ਪ੍ਰੈਪਰੇਸ਼ਨ ਹੋਏਗੀ ਆ ਲੈਵਲ ਦੇਖ ਲਓ ਇਸ ਲੈਵਲ ਦੀ ਪ੍ਰੈਪਰੇਸ਼ਨ ਆਪਾਂ ਨੂੰ ਕਰਨੀ ਪੈਣੀ ਹੈ ਆਪਾਂ ਵੀ ਇਸ ਲੈਵਲ ਦੀ ਹੀ ਹੁਣ ਪ੍ਰੈਪਰੇਸ਼ਨ ਕਰਾਵਾਂਗੇ ਸੋ ਥਿਸ ਇਜ਼ ਆਲ ਫॉर ਟੂਡੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਐਗਜ਼ਾਮ ਕੇ ਸਥਿਤੇ ਜੁੜੇ ਰਹਿਣ ਲਈ ਥੈਂਕ ਯੂ